ਤਪਦਾ ਸੂਰਜ ਠੰਡਾ ਚੰਨ ਅਤੇ ਤਾਰੇ ਵਸ ਵਿੱਚ ਕਰ ਲੈਂਦਾ ਹੈ। ਤਪਦਾ ਸੂਰਜ ਠੰਡਾ ਚੰਨ ਅਤੇ ਤਾਰੇ ਵਸ ਵਿੱਚ ਕਰ ਲੈਂਦਾ ਹੈ। ਧਰਤੀ ਦਾ ਪੁੱਤ ਬਾਹਾਂ ਅੱਡ ਕੇ ਅੰਬਰ ਬਾਹੀਂ ਭਰ ਲੈਂਦਾ ਹੈ। ਚਰਚਾ ਵਿੱਚ ਦਲੀਲਾਂ ਦੇ ਕੇ ਜਿਹੜਾ ਸਭ ਦਾ ਦਿਲ ਜਿੱਤ ਲੈਂਦਾ ਐਪਰ ਮੇਰੀ ਬੁੱਕਲ ਦੇ ਵਿੱਚ ਆ ਕੇ ਆਪਣਾ ਹਰ ਲੈਂਦਾ ਏ। ਨਾਜ਼ੁਕ ਕਲੀਆਂ ਵਰਗਾ ਜੁੱਸਾ ਨਾਜ਼ੁਕ ਕਲੀਆਂ ਵਰਗਾ ਜੁੱਸਾ ਬਿਰਖਾਂ ਵਰਗਾ ਸਿਦਕ ਉਹਦਾ ਤੱਤੀਆਂ ਲੋਆਂ ਠੰਡੀਆਂ ਪਾਉਣਾ ਪਿੰਡੇ ਉੱਤੇ ਜਰ ਜਾਂਦਾ ਏ। ਪਹਿਲੀ ਵਾਰੀ ਮਿਲਿਆਂ ਨੂੰ ਵੀ ਇਉਂ ਮਿਲਦਾ ਜੋ ਜਾਣੂ ਚਿਰਦਾ। ਪਹਿਲੀ ਵਾਰੀ ਮਿਲਿਆਂ ਨੂੰ ਵੀ ਇਉਂ ਮਿਲਦਾ ਜੋ ਜਾਣੂ ਚਿਰਦਾ। ਪਹਿਲੀ ਤੱਕਣੀ ਦੇ ਵਿੱਚ ਉਹ ਸਭ ਦੇ ਦਿਲ ਅੰਦਰ ਘਰ ਕਰ ਜਾਂਦਾ ਹੈ। ਪਹਿਲੀ ਤੱਕਣੀ ਦੇ ਨਾਲ ਸਭ ਦੇ ਦਿਲ ਅੰਦਰ ਘਰ ਕਰ ਜਾਂਦਾ ਹੈ। ਇਹ ਲਾਈਨਾਂ ਨੇ ਜੀ ਅਮਨਦੀਪ ਅਮਨ ਸ਼ਾਇਰ ਹੋਏ ਨੇ ਉਹਨਾਂ ਦੀ ਲਾਈਨਾਂ ਨਾਲ। ਮੈਂ ਹਾਜ਼ਰ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਇਸ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ, ਹੈ ਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਜੀ। ਵੀਕਐਂਡ ਤਕਰੀਬਨ ਅਗਲੇ ਬਿਜ਼ੀ ਨੇ, ਜਿਵੇਂ ਕਿ ਪਹਿਲਾਂ ਵੀ ਦੱਸਿਆ। ਆਹ ਵੀਕਐਂਡ ਜਿਹੜਾ ਅਸੀਂ ਸਾਡੀ ਇੱਕ ਟੀਮ ਤਾਂ ਹੋਏਗੀ ਜੀ ਓਰੇਗਨ ਸੇਲਮ, ਜਿੱਥੋਂ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਦਿਖਾਵਾਂਗੇ, ਅਤੇ ਦੂਜੀ ਸਾਡੀ ਨਿਊਯਾਰਕ ਵਾਲੀ ਟੀਮ ਹੈ, ਕੈਲੀਫੋਰਨੀਆ ਵਾਲੀ ਓਰੇਗਨ ਹੋਏਗੀ ਅਤੇ ਨਿਊਯਾਰਕ ਵਾਲੀ ਟੀਮ ਹੋਏਗੀ ਸਾਊਥ ਬੈਂਡ, ਜਿੱਥੇ ਕਬੱਡੀ ਦਾ ਮਹਾਕੁੰਭ ਜਿਹਨੂੰ ਕਹਿ ਲਈਏ ਟੂਰਨਾਮੈਂਟ ਹੋ ਰਿਹਾ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਸਪੋਰਟਸ ਕਲੱਬ ਜਿਹੜੇ ਉਹਨਾਂ ਵੱਲੋਂ, ਪੌਲ ਖਲੀਰ ਉਹਨਾਂ ਵੱਲੋਂ ਸਾਰਿਆਂ ਵੱਲੋਂ, ਅਤੇ ਉੱਥੇ ਵੀ ਤੁਸੀਂ ਅਤੇ ਦੋਹਾਂ ਦਾ ਸਿੱਧਾ ਪ੍ਰਸਾਰਣ ਅਸੀਂ ਤੁਹਾਨੂੰ ਦਿਖਾਵਾਂਗੇ। ਅਤੇ ਜਿਹੜੇ ਕੋਈ ਦੋਸਤ ਮਿੱਤਰ ਭੈਣ ਭਰਾ ਪਹੁੰਚ ਸਕਦੇ ਆ ਸੇਲਮ ਅਤੇ ਜਾਂ ਫਿਰ ਸਾਊਥ ਬੈਂਡ, ਤਾਂ ਉੱਥੇ ਜ਼ਰੂਰ ਪਹੁੰਚਿਓ। ਹੁਣ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਟੂਡੀਓ ਦੀ ਘੜੀ ਦੇ ਮੁਤਾਬਕ ਸਾਡੇ ਸ਼ਾਮ ਦੇ ਕੈਲੀਫੋਰਨੀਆ ਦੇ ਟਾਈਮ ਦੇ ਮੁਤਾਬਕ ਦੇਖੀਏ 7:07 ਅਤੇ 48 ਸੈਕਿੰਡ ਹੋ ਗਏ ਨੇ। ਜਿਹੜਾ ਲਾਈਵ ਪ੍ਰੋਗਰਾਮ ਆਉਂਦਾ ਇਹ ਸ਼ਾਮੀ 7 ਵਜੇ ਕੈਲੀਫੋਰਨੀਆ ਟਾਈਮ ਪੈਸੀਫਿਕ ਟਾਈਮ ਆਉਂਦਾ, ਅਤੇ ਉਸ ਤੋਂ ਬਾਅਦ ਅੱਗੋਂ ਪਿੱਛੋਂ ਜਦੋਂ ਕੋਈ ਪ੍ਰੋਗਰਾਮ ਦੇਖਦੇ ਹੋ ਤੁਸੀਂ ਇਹ, ਤਾਂ ਉਦੋਂ ਇਹ ਰਿਕਾਰਡਡ ਹੁੰਦਾ, ਰਿਪੀਟ ਹੁੰਦਾ। ਕਈ ਵਾਰੀ ਅੱਗੋਂ ਪਿੱਛੋਂ ਹੁੰਦਾ, ਅਤੇ ਮੈਂ ਕਈ ਵਾਰੀ ਇੱਕ ਦਿਨ ਬਾਈ ਚਾਂਸ ਇੱਥੇ ਸੀਗੇ ਸਟੂਡੀਓ ਦੇ ਵਿੱਚ ਕੋਈ ਕੰਮ ਕਰਦੇ ਸੀਗੇ, ਅਤੇ ਰਾਤੀਂ ਕੈਲੀਫੋਰਨੀਆ ਟਾਈਮ 11 ਵਜੇ ਪ੍ਰੋਗਰਾਮ ਚੱਲਦਾ ਸੀਗਾ, ਅਤੇ ਉਦੋਂ ਵੀ ਕਾਲਾਂ ਕਈ ਫਿਰ ਸਾਡੇ ਦਰਸ਼ਕਾਂ ਦੀਆਂ ਵੱਜਦੀਆਂ ਸੀਗੀਆਂ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਡੇ ਨਾਲ ਜੁੜਦੇ ਹੋ, ਦੂਰੋਂ ਨੇੜਿਓ। ਗੱਲ ਕਰੀਏ ਇੱਕ, ਅੱਜ ਵਿਸ਼ਾ ਜਿਹੜਾ ਰੱਖਣਾ ਉਹ ਆਪਾਂ ਡੋਮੈਸਟਿਕ ਲੋਕਲ ਵਿਸ਼ਾ ਰੱਖਣਾ, ਕਿਉਂਕਿ ਉਹ ਵਿਸ਼ਾ ਜ਼ਰੂਰੀ ਹੈ, ਜ਼ਰੂਰੀ ਕਿ ਬਹੁਤ ਜ਼ਰੂਰੀ ਹੈ। ਪਰ ਉਦੋਂ ਪਹਿਲਾਂ ਥੋੜ੍ਹੀਆਂ ਬਹੁਤ ਗੱਲਾਂ ਕਰ ਲਈਏ ਆਪਾਂ, ਜਿਵੇਂ ਥੋੜ੍ਹੀਆਂ ਬਹੁਤ ਖਾਸ ਖਬਰਾਂ ਤਾਂ ਹੈ ਨਹੀਂ ਪੰਜਾਬ ਦੀਆਂ, ਫਿਰ ਵੀ ਜਿੰਨੀਆਂ ਹੈ ਜਿਹਨ ਦੇ ਵਿੱਚ ਆਉਂਦੀਆਂ ਉਹ ਸਾਂਝੀਆਂ ਕਰ ਲਈਏ। ਇੱਕ ਤਾਂ ਈਦ ਲੰਘ ਕੇ ਗਈ ਹੈ ਜੀ, ਬਹੁਤ ਬਹੁਤ ਈਦ ਦੀਆਂ ਮੁਬਾਰਕਾਂ ਜਿੰਨੇ ਮੁਸਲਿਮ ਭੈਣ ਭਰਾ ਹੈਗੇ ਆ। ਔਰ ਇਸ ਈਦ ਦੇ ਵਿੱਚ, ਈਦ ਨੂੰ ਇੱਕ ਬਹੁਤ ਵੱਡਾ ਫੈਸਟੀਵਲ ਮੰਨਿਆ ਜਾਂਦਾ ਇਸ ਈਦ ਨੂੰ, ਜਿਹੜੀ ਬਕਰੀਦ ਹੁੰਦੀ ਹੈ। ਦੋ ਈਦਾਂ ਹੁੰਦੀਆਂ, ਇੱਕ ਛੋਟੀ ਈਦ ਕਹਿੰਦੇ ਜਾਂ ਉਹਨੂੰ ਮਿੱਠੀ ਈਦ ਕਹਿੰਦੇ ਆ। ਇਹ ਬਕਰੀਦ ਹੁੰਦੀ ਹੈ ਜਿੱਥੇ ਕਿ ਕਿਸੇ ਨਾ ਕਿਸੇ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਸੋ ਚਲੋ, ਉਹਨਾਂ ਦਾ ਆਪਣਾ ਰੀਤੀ ਰਿਵਾਜ਼ ਹੈਗਾ। ਵੈਸੇ ਬਹੁਤ ਸਾਰੇ ਲੋਕ ਜਿਹੜੇ ਆਪਾਂ ਆਪਣੇ ਇੱਧਰਲੇ ਪੰਜਾਬ ਦੇ ਹੈਗੇ ਆ, ਉਹ ਇਸ ਚੀਜ਼ ਨੂੰ ਕਹਿੰਦੇ ਵੀ ਸ਼ਾਇਦ ਕੁਰਬਾਨੀ ਇਸ ਤਰ੍ਹਾਂ ਦੇਣ ਦਾ ਠੀਕ ਹੈ, ਨਹੀਂ ਠੀਕ ਹੈ। ਪਰ ਇਹ ਜਿਵੇਂ ਵੀ ਹੈ, ਜਿਵੇਂ ਵੀ ਜਿਹੜੇ ਰੀਤੀ ਰਿਵਾਜ਼ ਬਣੇ, ਉਹਨਾਂ ਨੂੰ ਆਪਾਂ ਕਿੰਤੂ ਪਰੰਤੂ ਨਹੀਂ ਕਰਦੇ। ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਨਾਲ ਦੀ ਨਾਲ ਜਦੋਂ ਕੋਈ ਗੱਲ ਹੁੰਦੀ ਹੈ ਕਿਤੇ ਮਾੜਾ ਮੋਟਾ ਕੋਈ ਪੰਗਾ ਪੈਂਦਾ, ਤਾਂ ਸੋਸ਼ਲ ਮੀਡੀਆ ਚੱਕ ਕੇ ਉਹਨੂੰ ਇੱਕ ਦੂਜੇ ਨਾਲ ਜੋੜ ਦਿੰਦਾ, ਆਹ ਵੀ ਤਾਂ ਹੋਇਆ, ਉਹ ਵੀ ਤਾਂ ਹੋਇਆ। ਹਿਮਾਚਲ ਦੇ ਵੀ ਦੋ ਕੇਸ ਹੋਏ ਨੇ, ਇੱਕ ਤਾਂ ਮੁੰਡਿਆਂ ਨੂੰ, ਦੋ ਭਰਾਵਾਂ ਨੂੰ ਪੁਲਿਸ ਨੇ ਉੱਥੇ ਕੁੱਟਿਆ, ਅਤੇ ਇੱਕ ਕੋਈ NRI ਜੋੜਾ ਸੀਗਾ
ਪੰਜਾਬੀ ਨਾਲ ਵਾਈਫ ਉਹਦੀ ਸ਼ਾਇਦ ਇੱਧਰ ਦੀ ਅਮੈਰੀਕਨ ਹੋਏਗੀ ਜਾਂ ਜਿੱਥੋਂ ਦੀ ਵੀ ਹੈਗੇ ਨੇ, ਦੇਖਣ ਤੋਂ ਲੱਗਦਾ ਕਿ ਉਹ ਬਾਹਰਲੇ ਮੁਲਕ ਦੀ ਬੋਰਨ ਹੋਏਗੀ। ਉਹਨਾਂ ਦਾ ਹਿਮਾਚਲ 'ਚ ਕੋਈ ਨਾ ਕੋਈ ਪੰਗਾ ਪਿਆ, ਉਹ ਸਾਰਿਆਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ, ਹਿਮਾਚਲ ਨਾ ਜਾਇਓ, ਆਹ ਨਾ ਕਰਿਓ, ਉਹ ਨਾ ਕਰਿਓ, ਹਿਮਾਚਲੀਓ ਤੁਹਾਨੂੰ ਦੇਖ ਲਾਂਗੇ, ਹਿਮਾਚਲ ਸ਼ੁਰੂ ਤੋਂ ਹੀ ਵੈਰੀ ਆ, ਫਲਾਨਾ ਆ, ਧਮਕੜਾ ਆ। ਇੱਕ ਜਗ੍ਹਾ ਫਿਰ ਨਿਹੰਗ ਸਿੰਘਾਂ ਨੇ ਹਿਮਾਚਲ ਵਾਲੇ ਘੇਰ ਲਏ, ਜੇ ਤੁਸੀਂ ਐਂ ਕਰੋਗੇ ਅਸੀਂ ਵੀ ਐਂ ਕਰਾਂਗੇ। ਇਹ ਹੁਣ ਪਤਾ ਨਹੀਂ ਅਸਲ ਕਹਾਣੀ ਕੀ ਹੈ, ਗੱਲ ਊਂ ਵੀ ਹੋਈ ਹੋਵੇ, ਗਲਤੀ ਵੀ ਹੋਈ ਹੋ ਸਕਦੀ ਹੈ ਇਹਦੇ ਪਿੱਛੇ, ਮੈਨੂੰ ਤਾਂ ਕੋਈ ਐਡੀ ਗੱਲ ਨਹੀਂ ਲੱਗਦੀ ਕਿ ਹਿਮਾਚਲ ਵਾਲੇ ਦੇ ਇੰਨਾ ਉਹ ਕਰਦੇ ਹੋਣਗੇ ਜੀ ਕੰਗਣਾ ਰਣੌਤ ਦੇ ਹੋਇਆ ਤਾਂ ਅਸੀਂ ਪੰਜਾਬੀਆਂ ਨੂੰ ਆਹ ਕਰੀਏ, ਪੰਜਾਬੀਆਂ ਨੇ ਆਹ ਕੀਤਾ। ਇਹ 'ਚ ਕੋਈ ਸ਼ੱਕ ਨਹੀਂ ਜਦੋਂ ਕਿਤੇ ਕੋਈ ਕੇਸ ਹੁੰਦਾ, ਖਾਸ ਤੌਰ 'ਤੇ ਪੰਜਾਬੀਆਂ ਦਾ, ਜਿਹਦੇ ਮਗਰ ਸਿੰਘ ਲੱਗਾ ਚਾਹੇ ਕੌਰ ਲੱਗਾ, ਕੋਈ ਚੰਗਾ ਕੰਮ ਕਰਦੇ ਨੇ ਅਤੇ ਤਾਂ ਵੀ ਵਾਹਵਾ ਹੁੰਦੀ ਪੂਰੀ ਦੁਨੀਆ ਦੇ ਵਿੱਚ, ਚੰਗੀ ਵਾਹਵਾ ਹੁੰਦੀ ਆ। ਦਿਲਜੀਤ ਹੁਣ ਆਹ ਬੜੇ ਵੱਡੇ ਵੱਡੇ ਪ੍ਰੋਗਰਾਮ ਕੀਤੇ ਨੇ, ਹੁਣ ਆਹ ਇੱਕ ਅਮੈਰੀਕਨ ਚੈਨਲ 'ਤੇ ਇੰਟਰਵਿਊ ਮਿਲ ਸੀਗੀ ਕੱਲ੍ਹ ਉਹਦੀ, ਅਤੇ ਉਹ ਵੀ ਵਾਹਵਾ ਵਾਹਵਾ ਹੋ ਰਹੀ ਹੈ। ਪਰ ਜੇ ਕੋਈ ਕੰਮ ਲੱਗਦਾ ਕਿ ਉਹ ਸਮਾਜ ਵਾਸਤੇ ਠੀਕ ਨਹੀਂ ਤਾਂ ਉਹ ਜਿਹੜੀ ਹੁੰਦੀ ਹੈ ਉਹ ਵੀ ਕਹਿ ਲਈਏ ਜਿਹੜੀ ਬਦਖੋਈ ਵੀ ਉਹ ਓਨੀ ਉਹ ਜ਼ਿਆਦਾ ਹੁੰਦੀ ਹੈ, ਜਿਹਦੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ। ਦਲੇਰ ਮਹਿੰਦੀ ਵਾਲਾ ਕੇਸ ਹੋਇਆ ਸੀ, ਸਾਰੇ ਕਲਾਕਾਰੀ ਕਬੂਤਰਬਾਜ਼ ਲੱਗਣ ਲੱਗ ਪਏ ਸੀਗੇ। ਕੋਈ ਇੱਕ ਕੇਸ ਹੁੰਦਾ, ਕੋਈ ਚੋਰੀ ਦੀ ਗੱਲ ਚੱਲਦੀ ਹੈ, ਕਿਤੇ ਪੱਗ ਬੰਨੀ ਹੈ ਜਾਂ ਦਸਤਾਰ ਬੰਨੀ ਹੈ, ਤਾਂ ਇਉਂ ਲੱਗਦਾ ਵੀ ਸਾਰੇ ਬੰਦੇ ਹੀ ਇੱਦਾਂ ਦੇ ਹੋਣਗੇ। ਸੋ ਇਹ ਗੱਲ ਸੁਭਾਵਿਕ ਹੈ ਹੋਣੀ, ਪਰ ਇਹ ਮੰਦਭਾਗੀ ਜ਼ਰੂਰ ਹੈ ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਬੰਦੇ ਹਰ ਫੀਲਡ ਦੇ ਵਿੱਚ, ਹਰ ਕੌਮ ਦੇ ਵਿੱਚ, ਹਰ ਸਟੇਟ ਦੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਤੋਂ ਚੰਗੇ ਹੁੰਦੇ, ਮਾੜੇ ਤੋਂ ਮਾੜੇ ਹੁੰਦੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਅਸੀਂ ਜਦੋਂ ਜੋੜ ਕੇ ਰੱਖ ਲੈਂਦੇ ਹਾਂ ਇੱਕ ਦੂਜੇ ਦੇ ਨਾਲ ਤਾਂ ਫਿਰ ਕੰਮ ਇਹ ਖਰਾਬ ਹੋ ਜਾਂਦਾ। ਇਹਨੂੰ ਸਿੱਧਾ ਸਿੱਧਾ ਮੁੜ ਕੇ ਅਸੀਂ ਕਹਿਣ ਲੱਗ ਕਹਿ ਸਾਡੇ ਕੁਛ ਬੰਦੇ ਜਿਹੜੇ ਕਹਿ ਸਕਦੇ ਹਾਂ, ਮੋਤਬਾਰ ਕਹਿ ਸਕਦੇ ਹਾਂ, ਉਹ ਕਹਿੰਦੇ ਜੀ ਸਿੱਖਾਂ 'ਤੇ ਹਮਲੇ ਹੋਏ, ਸਿੱਖਾਂ 'ਤੇ ਹਮਲੇ ਹੋਏ, ਸਿੱਖਾਂ 'ਤੇ ਹਮਲੇ ਹੋਏ ਆ, ਅਤੇ ਸਿੱਖ ਉਹਦਾ ਜਵਾਬ ਦੇਣਾ ਜਾਣਦੇ ਨੇ ਇੱਦਾਂ ਅਤੇ ਉੱਦਾਂ। ਪਰ ਇਹਨੂੰ ਮੇਰਾ ਖਿਆਲ ਆ ਵੀ ਕਿਸੇ ਨਾ ਕਿਸੇ ਤਰੀਕੇ ਨਹੀਂ ਇੰਨਾ ਜ਼ਿਆਦਾ ਉੱਚਾ ਚੱਕਣਾ ਚਾਹੀਦਾ। ਅੱਛਾ, ਈ ਵੀ ਐੱਮ ਮਸ਼ੀਨਾਂ ਦੀ ਗੱਲ ਹੁੰਦੀ ਹੈ ਵੋਟਾਂ ਤੋਂ ਬਾਅਦ ਅਕਸਰ, ਕਿ ਈ ਵੀ ਐੱਮ ਮਸ਼ੀਨਾਂ 'ਚ ਘਪਲੇ ਹੋਏ। ਹੁਣ ਜਿਹੜੀ ਪਾਰਟੀ ਜਿੱਤ ਜਾਂਦੀ ਆ, ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ 17-64 ਲੈ ਗਏ ਸੀ ਉਦੋਂ ਨਹੀਂ ਉਹਨਾਂ ਨੇ ਕਿਹਾ ਵੀ ਈ ਵੀ ਐੱਮ 'ਚ ਘਪਲੇ ਹੋਏ ਆ, ਅਤੇ ਹੁਣ ਪੰਜਾਬ ਦੇ ਵਿੱਚ ਵੀ ਕੋਈ ਆਵਾਜ਼ ਨਹੀਂ ਉੱਠੀ ਵੀ ਈ ਵੀ ਐੱਮ 'ਚ ਘਪਲੇ ਹੋਏ ਆ, ਕਿਉਂਕਿ ਬੈਲੈਂਸ ਜਿਹਾ ਸਾਰਾ ਲੱਗਦਾ ਸਭ ਨੂੰ। ਪਰ ਮਹਾਰਾਸ਼ਟਰ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਆ ਜਿਹਦਾ ਕਰਕੇ ਰੌਲਾ ਪਿਆ। ਵੀਡੀਓ ਦੇ ਵਿੱਚ ਇੱਕ ਬੀਜੇਪੀ ਦਾ ਜਿਹੜਾ ਬੰਦਾ ਹੈਗਾ, ਜਿਹੜਾ ਕੋਈ ਐੱਮ ਪੀ ਸੀਗਾ ਖੜ੍ਹਾ, ਉਹਦਾ ਭਤੀਜਾ ਭਤੂਜਾ ਹੀ ਸ਼ਾਇਦ, ਉਹ ਜਿੱਥੇ ਗਿਣਤੀ ਹੁੰਦੀ ਆ ਉੱਥੇ ਬੈਠਾ। ਪਹਿਲੀ ਗੱਲ ਤਾਂ ਮੋਬਾਈਲ ਅੰਦਰ ਜਾਣਾ ਅਲਾਊਡ ਹੀ ਨਹੀਂ ਹੈ ਕਿਸੇ ਦਾ ਵੀ, ਉਹ ਮੋਬਾਈਲ ਦੇ ਉੱਪਰ ਓ ਟੀ ਪੀ ਆਉਂਦੀ ਆ ਤਾਂ ਫਿਰ ਕਹਿੰਦੇ ਮਸ਼ੀਨਾਂ ਖੁੱਲ੍ਹਦੀਆਂ, ਅਤੇ ਉੱਤੋਂ ਇਹ ਲੱਗਦਾ ਵੀ ਹੋਇਆ ਨਹੀਂ ਹੋਇਆ ਉਹ ਬਾਅਦ ਦੀ ਗੱਲ ਹੈ, ਹੋ ਕੁਛ ਵੀ ਸਕਦਾ ਮਸ਼ੀਨਾਂ ਨੂੰ ਉੱਧਰੋਂ। ਐਲਨ ਮਾਸਕ ਸਾਹਿਬ ਸਾਡੇ ਆਪਣੇ ਜਿਹੜੇ ਹੁਣ ਟੈਸਲਾ ਦੇ ਨੇ, ਟਵਿੱਟਰ ਵੀ ਉਹਨਾਂ ਦਾ ਹੀ ਹੈਂਡਲ, ਟੈਕਸ ਹੈਂਡਲ, ਉਹਨਾਂ ਨੇ ਪੋਸਟ ਆਪਣੀ ਪਾਤੀ ਟਵੀਟ ਕਰਕੇ ਵੀ ਭਾਈ ਈ ਵੀ ਐੱਮ ਮਸ਼ੀਨਾਂ ਨੂੰ ਹੈਕ ਕਰਨਾ 1 ਸਕਿੰਟ ਦਾ ਕੰਮ ਹੈ, ਮੈਂ ਇੱਥੇ ਬੈਠਾ ਹੈਕ ਕਰ ਸਕਦਾ ਫੋਨ ਤੋਂ। ਸੋ ਇਹ ਤੋਂ ਇਹ ਸਿੱਧ ਹੁੰਦਾ ਕਿ ਹੋਇਆ ਕੁਛ ਨਹੀਂ ਹੋਇਆ ਵੱਖਰੀ ਗੱਲ ਹੈ, ਹੋ ਸਭ ਕੁਛ ਸਕਦਾ। ਕਿਉਂਕਿ ਅਸੀਂ ਆਹ ਮੋਬਾਈਲਾਂ ਦੀ ਗੱਲ ਕਰੀਏ, ਆਮ ਜਵਾਕ ਜਿਹੜੇ ਨੇ
ਉਹ ਤੁਹਾਡਾ ਬੈਂਕ ਅਕਾਊਂਟ ਪਤਾ ਨਹੀਂ ਕਿਵੇਂ ਖੋਲ੍ਹ ਲੈਂਦੇ ਆ, ਲੈਪਟੋਪ 'ਤੇ ਫੋਨ ਦਾ ਖੋਲ੍ਹ ਲੈਂਦੇ ਆ, ਸਾਰਾ ਕੁਛ. ਅੱਜ ਕੱਲ੍ਹ ਤਾਂ ਸਿਸਟਮ ਟੈਕਨੋਲੋਜੀ ਜਿੱਥੇ ਇੰਨੀ ਵਧੀਆ, ਉੱਥੇ ਇਹਦੇ ਸਿਆਪੇ ਵੀ ਬਹੁਤ ਪਏ ਆ. ਪਰ ਫਿਰ ਵੀ ਇਹ EVM ਮਸ਼ੀਨਾਂ ਸਿਰਫ ਮੈਨੂੰ ਇਹ ਲੱਗਦਾ ਕਿ ਭਾਰਤ ਵਿੱਚ ਹੀ ਹੈ, ਜਾਂ ਹੋ ਸਕਦਾ ਏਸ਼ੀਆ ਦੇ ਵਿੱਚ ਹੋਣ. ਬਾਹਰਲੇ ਮੁਲਕਾਂ 'ਚ ਪੈਂਦੀਆਂ ਵੋਟਾਂ ਐਨ ਨਜ਼ਾਰੇਦਾਰ, ਕੋਈ ਕਿਤੇ ਬੂਥ ਨਹੀਂ ਵੀ ਆਹ ਝੰਡੀਆਂ ਜੀ ਸਾਡੇ ਬੂਥ ਤੋਂ ਪਰਚੀ ਨਹੀਂ ਲਗਾਏ, ਫਲਾਣੇ ਦਾ ਬੂਥ ਖਾਲੀ ਪਿਆ ਅਤੇ ਫਲਾਣੇ ਦਾ ਇਹ ਪਿਆ. ਚਲੋ EVM ਮਸ਼ੀਨ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ. ਜ਼ਿਮਨੀ ਚੋਣਾਂ ਕੱਲ੍ਹ ਵੀ ਗੱਲ ਕੀਤੀ ਸੀ, ਚੋਣ ਬੁਖਾਰ ਸੌਬ ਮਾਰ ਅਤੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਚੋਣਾਂ, ਅਤੇ ਆਹ ਹੋ ਰਹੀਆਂ ਨੇ. ਇਹ ਸਾਰੀਆਂ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਨੇ. ਔਰ ਸੀਤਲ ਅੰਗੁਰਾਲ ਜਿਹੜਾ BJP ਦਾ ਕੈਂਡੀਡੇਟ ਆ, ਵੈਸੇ ਚੋਣ ਨਿਸ਼ਾਨ ਉਹੀ ਹੈ, ਉਮੀਦਵਾਰ ਬਦਲ ਗਏ. ਪਹਿਲਾਂ ਜਿਹੜਾ BJP ਦੇ ਵਾਲਾ ਚੋਣ ਨਿਸ਼ਾਨ ਝੰਡਾ ਚੱਕੀ ਫਿਰਦਾ ਸੀ, ਉਹ ਆਮ ਆਦਮੀ ਚੱਕੀ 'ਚ ਫਿਰਦਾ, ਆਮ ਆਦਮੀ ਵਾਲਾ BJP ਦਾ ਚੱਕੀ ਫਿਰਦਾ, ਉਹ ਚਲੋ ਉਹ ਤਾਂ ਰੋਲ ਝੋਲਾ ਜਿਹਾ ਪਿਆ ਰਵੇ. ਪਰ ਕਮਾਲ ਦੀ ਗੱਲ ਆ, ਇਹਨਾਂ ਚੋਣਾਂ ਨੂੰ ਵਾਲਾ ਕੋਈ ਸੀਰੀਅਸ ਵਾਲਾ ਨਹੀਂ ਲੈ ਰਿਹਾ. ਅਕਾਲੀ ਦਲ ਨੇ ਹਜੇ ਕੈਂਡੀਡੇਟ ਵੀ ਦੱਸਿਆ, 10 ਤਰੀਕ ਆ ਗਈ, ਅਤੇ ਸਿਰਫ BJP ਅਤੇ ਆਮ ਆਦਮੀ ਪਾਰਟੀ ਨੂੰ ਆਪਣਾ ਥੋੜ੍ਹਾ ਵਕਾਰ ਲੱਗਦਾ. ਆਮ ਆਦਮੀ ਪਾਰਟੀ ਅਗਰ ਜਿੱਤੇਗੀ ਥੋੜ੍ਹਾ ਬਹੁਤ ਬਚਾਅ ਹੋ ਜਾਏਗਾ, ਇੱਜ਼ਤ ਜਿਹੜੀ ਹੈ ਖੇਰੂ ਖੇਰੂ ਹੁੰਦੀ ਆ, ਨਜ਼ਰੀਆ ਆਉਂਦੀ ਆ, ਅਤੇ ਉਹ ਵੱਜੇਗੀ. BJP ਨੂੰ ਇਹ ਆ ਵੀ ਅਸੀਂ ਵਧਾ ਲੋਕ ਸਭਾ ਵੋਟਾਂ 'ਚੋਂ ਚੋਣਾਂ ਜਿੱਤੇ ਹਾਂ, ਅਤੇ ਇਹ ਜਿੱਤ ਗਏ, ਇੱਕ ਵੀ ਜਿੱਤ ਗਏ ਜੇ ਕਿਤੇ ਅਤੇ ਨਜ਼ਾਰੇ ਲਿਆ ਦਾਂਗੇ. ਅਤੇ ਸੁੱਖ ਨਾਲ ਕਹਿੰਦੇ ਵੀ ਉਹਦਾ ਚੋਣ ਪ੍ਰਚਾਰ ਕਰਨ ਲਈ ਹੇਮਾ ਮਾਲਨੀ, ਪ੍ਰੀਤੀ ਸੱਪਰੂ ਅਤੇ ਹੋਰ ਰਜਾ ਮੁਰਾਦ, ਕਿਹੜੇ ਕਿਹੜੇ ਫਿਲਮੀ ਐਕਟਰ ਬੰਬੇ ਤੋਂ ਆ ਰਹੇ ਨੇ. ਅਤੇ ਪਰ ਭਾਈ ਐਕਟਰਾਂ ਨਾਲ ਕਲਾਕਾਰਾਂ ਨਾਲ ਜੇ ਚੋਣਾਂ ਜਿੱਤ ਹੁੰਦੀਆਂ ਅਤੇ ਕਰਮਜੀਤ ਘੱਟੋ ਘੱਟ 2 ਲੱਖ ਵੋਟਾਂ ਦੀ ਲੀਡ ਨਾਲ ਜਿੱਤਦਾ, ਜੇ ਕਿ ਇਹਨਾਂ ਨਾਲ ਵੋਟਾਂ ਜਿੱਤ ਹੁੰਦੀਆਂ, ਇਹਨਾਂ ਨਾਲ ਵੋਟਾਂ ਭਾਈ ਨਹੀਂ ਜਿੱਤਦੀਆਂ. ਵੋਟਾਂ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੀ ਜਿੱਤ ਹੋਣੀ ਆ. ਸੋ ਇਹ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਇੱਕ ਬਹੁਤ ਬੁਰਾ ਬਣਿਆ. ਅੱਛਾ, ਵਿਸ਼ਾ ਮੈਂ ਦੱਸ ਦੇਵਾਂ, ਪਰ ਕਾਲਾਂ ਦਾ ਸਿਲਸਿਲਾ ਅਸੀਂ ਅਗਲੇ ਸੈਗਮੈਂਟ ਤੋਂ ਸ਼ੁਰੂ ਕਰਾਂਗੇ, ਜਿਹੜਾ ਅਗਲਾ ਸੈਗਮੈਂਟ ਸਾਡਾ ਹੋਏਗਾ. ਵਿਸ਼ਾ ਇੱਕ ਲਫ਼ਜ਼ ਹੈ, ਚੋਰ. ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ. ਮੈਂ ਕਿਹਾ ਵੀ ਮੈਂ ਵੀ ਪਹਿਲਾਂ ਸੋਚਦਾ ਸੀ ਭਾਈ ਚੋਰ ਨੂੰ, ਚੋਰ ਨੇ ਚੋਰੀ ਕੀਤੀ, ਚੋਰ ਦੇ ਮਾਰੀਆਂ ਚਾਹੀਦੀਆਂ, ਉਹਦੀ ਮਾਂ ਨੂੰ ਕਿਵੇਂ ਮਾਰਨ. ਉਹ ਸ਼ਾਇਦ ਉਹਦੇ ਮੁਹਾਵਰੇ ਪਿੱਛੇ ਹੋਏਗਾ ਵੀ ਮਾਂ ਜਿਹਨੇ ਜੰਮਿਆ ਹੋਰ ਵੀ ਚੋਰ ਜੰਮ ਸਕਦੀ ਹੈ, ਪਰ ਇਹ ਚੀਜ਼ਾਂ ਨਹੀਂ ਹੈਗੀਆਂ. ਚੋਰੀਆਂ ਦੀ ਅੱਜ ਗੱਲ ਕਰਨੀ ਹੈ, ਜੋ ਕਿ ਖਾਸ ਤੌਰ 'ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ 'ਚ ਬੜੇ ਵੱਡੀਆਂ ਵੱਡੀਆਂ ਚੋਰੀਆਂ ਕਹਿ ਲਓ, ਡਾਕੇ ਕਹਿ ਲਓ, ਇਸ ਤਰ੍ਹਾਂ ਦੇ ਮੈਂ ਨਹੀਂ ਜ਼ਿੰਦਗੀ 'ਚ ਕਦੇ ਦੇਖੇ. ਦਹਿਲੇ ਪਏ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ. ਅੱਜ ਚੋਰੀਆਂ ਦੇ ਆਲੇ ਦੁਆਲੇ ਰੱਖਾਂਗੇ ਵੀ ਕੈਲੀਫੋਰਨੀਆ ਜਿਹੜੀਆਂ ਇੰਨੀਆਂ ਚੋਰੀਆਂ ਹੋ ਰਹੀਆਂ, ਉਹ ਕਿਉਂ ਹੋ ਰਹੀਆਂ, ਕੀ ਉਹਦੇ ਪਿੱਛੇ ਕਾਰਨ ਨੇ, ਕੀ ਇਹ ਪਹਿਲਾਂ ਵੀ ਇੱਦਾਂ ਸੀ ਜਾਂ ਹੁਣ ਸੋਸ਼ਲ ਮੀਡੀਆ ਕਰਕੇ ਸਾਨੂੰ ਜ਼ਿਆਦਾ ਦਿਸਦਾ. ਪਰ ਮੈਨੂੰ ਇਉਂ ਲੱਗਦਾ ਕਿ ਹੁਣ ਪਿਛਲੇ ਜਦੋਂ ਦਾ ਬਿੱਲ ਜਿਹਾ ਪਾਸ ਹੋਇਆ, ਜਾਂ ਤਾਂ ਉਦੋਂ ਦਾ ਜਾਂ ਫਿਰ ਪਿੱਛੇ ਕੋਵਿਡ ਤੋਂ ਬਾਅਦ ਇਹ ਕੰਮ ਜ਼ਿਆਦਾ ਵਧਿਆ. ਤੁਹਾਡੇ ਇਹਦੇ ਬਾਰੇ ਕੀ ਖਿਆਲ ਨੇ, ਉਹ ਆਪਾਂ ਕਿਤੇ ਹੋਇਆ ਹੋਵੇ, ਵਾਪਰਿਆ ਹੋਵੇ ਤੁਹਾਡੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕਾਂਡ, ਤਾਂ ਮੈਂ ਵੀਡੀਓ ਵੀ ਦਿਖਾਊਂਗਾ, ਤਾਂ ਉਹ ਜ਼ਰੂਰ ਤੁਸੀਂ ਦੱਸਿਓ. ਅਤੇ ਥੋੜ੍ਹੇ ਜਿਹੇ ਖਬਰਾਂ ਇੱਕ ਦੋ ਹੈਗੀਆਂ, ਉਹ ਪੜ੍ਹ ਕੇ ਤਾਂ ਫਿਰ ਕਾਲਾਂ ਵਾਲੇ ਪਾਸੇ ਚੱਲਾਂਗੇ. ਮੈਂ ਵਿਸ਼ਾ ਥੋੜ੍ਹਾ ਜਿਹਾ ਦੱਸ ਦਿੱਤਾ, ਹੋਰ ਡਿਟੇਲ ਦੇ ਵਿੱਚ ਇਹਨੂੰ ਤੁਹਾਨੂੰ ਐਕਸਪਲੇਨ ਕਰੂੰਗਾ. ਮੈਂ ਵੀਡੀਓ ਦਿਖਾਵਾਂਗੇ ਪਿਛਲੇ ਦਿਨਾਂ ਦੀ, ਪਿਛਲੇ ਹਫ਼ਤੇ ਦੀ ਹੋਈ ਗੱਲ ਹੈ ਸ਼ਾਇਦ, ਇੱਥੋਂ ਦੀ ਆਪਣੇ ਕੈਲੀਫੋਰਨੀਆ ਦੀ. ਖਬਰਾਂ ਜਿਹਨਾਂ 'ਤੇ ਵਿਸ਼ਵਾਸ ਨਹੀਂ ਹੁੰਦਾ, ਉਹ ਅੱਜ ਬਗਜ ਖਬਰਾਂ, ਦੁਨੀਆ ਰੰਗ ਬਿਰੰਗੀ ਇੱਦਾਂ ਦੀਆਂ ਖਬਰਾਂ ਦੇ ਵਿੱਚ ਆਪਾਂ ਤਹਿਤ ਅੱਜ ਬਗਜ ਦੇ ਤਹਿਤ ਇਹ ਖਬਰਾਂ ਪੜ੍ਹੀਦੀਆਂ, ਅਤੇ ਬਹੁਤ ਇਨਫੋਰਮੇਸ਼ਨ ਹੁੰਦੀ ਹੈ ਜਿਹਦੀ ਹੈਰਾਨ ਕਰਨ ਵਾਲੀ. ਤਕਰੀਬਨ ਪਹਿਲੀ ਖਬਰ ਹੈ ਵੀ ਥਾਈਲੈਂਡ ਦੇ ਵਿੱਚ ਖਾਣੇ ਦਾ ਸਵਾਦ ਦੱਸਣ ਵਾਲੀ ਡਿਜੀਟਲ ਜੀਭ ਬਣਾਈ ਆ ਥਾਈਲੈਂਡ ਦੇ ਸਾਇੰਸਦਾਨਾਂ ਨੇ. ਇਹ ਤਾਂ ਬੜਾ ਕੁਛ ਬਣਾਈ ਜਾਂਦਾ ਸਾਇੰਸਦਾਨ, ਕੀ ਕਰ ਸਕਦੇ. ਮਤਲਬ ਖਾਣਾ ਜਿਹੜਾ ਬਣਾਇਆ, ਜਿਵੇਂ ਹੁਣ ਪਹਿਲਾਂ
ਪਿੰਡਾਂ ਦਾ ਮੈਨੂੰ ਚੇਤਾ ਆ ਗਿਆ, ਮੈਂ ਦੇਖਿਆ ਡਿਜੀਟਲ ਜੀਵ ਹੈ, ਮੈਂ ਕਿਹਾ ਅਸਲੀ ਜੀਵ ਚੇਤੇ ਆ ਗਈ। ਪਿੰਡਾਂ ਦੇ ਵਿੱਚ ਜਦੋਂ ਦਾਲ ਸਬਜ਼ੀ ਕੋਈ ਬਣਾਉਣੀ ਜਾਂ ਚਾਹ ਬਣਾਉਣੀ, ਅਤੇ ਚਾਹ ਤਾਂ ਉਹ ਚਾਹ ਬਣਾਉਣ ਵਾਲੇ ਤਾਂ ਇੱਥੇ ਰੱਖ ਕੇ ਉਂਗਲ ਦੇ ਨਾਲ ਐਂ ਕਰਕੇ ਦੱਸਦੇ ਹੁੰਦੇ ਮਿੱਠਾ ਪੱਤੀ, ਅਤੇ ਲੂਣ ਦੇਖਦੀਆਂ ਹੁੰਦੀਆਂ ਸੀ ਬੀਬੀਆਂ ਚਮਚਾ ਜਿਹਾ ਵਿੱਚੋਂ ਕੱਢ ਕੇ, ਅਤੇ ਦੇਖਣਾ ਖਾ ਕੇ, ਅਤੇ ਫਿਰ ਲੂਣ ਲਾਣ ਜਿਹੜਾ ਘੱਟ ਹੋਣਾ ਉਹ ਪਾ ਦੇਣਾ। ਇਹ ਜੀਭ ਦੱਸੂਗੀ ਵੀ ਲੂਣ ਘੱਟ ਹੈ, ਮਿਰਚਾਂ ਘੱਟ ਹੈ, ਕੀ ਆ ਕੀ ਨਹੀਂ ਘੱਟ ਹੈਗਾ। ਪਰ ਇੱਕ ਕਮਾਲ ਦੀ ਗੱਲ ਹੈ, ਇਹੋ ਜਿਹੀਆਂ ਕਾਢਾਂ ਕੱਢ ਦਿੰਦੇ ਨੇ, ਪਰ ਇਹਦੇ 'ਚ ਜਿਹੜੇ ਜੋਰੂ ਦੇ ਗੁਲਾਮ ਨੇ, ਜੋਰੂ ਦੇ ਗੁਲਾਮ ਕੀ ਸਾਰੇ ਅੰਡਰਸਟੈਂਡਿੰਗ ਕਹਿ ਦਿੰਦੇ ਉਹਨੂੰ, ਆਪਾਂ ਵੱਡੇ ਲੋਕ ਅੰਡਰਸਟੈਂਡਿੰਗ ਕਹਿ ਦਿੰਦੇ ਆ, ਛੋਟੇ ਲੋਕ ਜੋਰੂ ਦੇ ਗੁਲਾਮ ਕਹਿ ਦਿੰਦੇ ਆ, ਉਹਨਾਂ ਦਾ ਖਹਿੜਾ ਛੁੱਟ ਜਾਣਾ। ਇੱਦਾਂ ਹੀ ਅਸੀਂ ਬੈਠੇ ਸੀ ਕਿਸੇ ਦੇ ਘਰ, ਖਾਣਾ ਖੁਣਾ ਖਾਣ ਲੱਗੇ, ਅਤੇ ਮਿਰਚਾਂ ਸਬਜ਼ੀ 'ਚ ਵਾਹਵਾ। ਉਹ ਜਿਹਦੇ ਦੇ ਘਰ ਬੈਠੇ ਸੀ, ਜਨਾਨੀ ਨੇ ਰਸੋਈ ਦੇ ਵਿੱਚੋਂ ਡਾਇਨਿੰਗ ਟੇਬਲ 'ਤੇ ਆਵਾਜ਼ ਮਾਰੀ ਆਪਦੇ ਘਰ ਵਾਲੇ ਨੂੰ, ਕਹਿੰਦੇ ਜੀ ਲੂਣ ਮਿਰਚ ਠੀਕ ਹੈ ਸਬਜ਼ੀ 'ਚ? ਉਹਦਾ ਅੱਗਿਓਂ ਜਵਾਬ ਸੀ, ਕਹਿੰਦਾ ਮੇਰੇ ਵਾਸਤੇ ਤਾਂ ਠੀਕ ਆ, ਪਰ ਉਹਨਾਂ ਨੂੰ ਪੁੱਛ ਲਾ। ਹੁਣ ਕਹਿਣ ਤੋਂ ਭਾਵ ਵੀ ਉਹ ਇਹ ਨਹੀਂ ਕਹਿ ਸਕਿਆ ਵੀ ਨਹੀਂ ਮਿਰਚਾਂ ਜ਼ਿਆਦੀਆਂ 'ਚ ਕੀ ਹੈਗਾ ਜ਼ਿਆਦਾ, ਨਹੀਂ ਕਹਿੰਦਾ ਮੇਰੇ ਵਾਸਤੇ ਠੀਕ ਆ। ਇਹਦਾ ਇਹ ਤੋਂ ਹਿਸਾਬ ਲੱਗਦਾ ਵੀ ਉਹ ਤਾਂ ਚਾਹੇ ਸਹੀ ਹੋਵੇ ਨਾ ਹੋਵੇ, ਉਹਨੇ ਕਹਿਣਾ ਵਧੀਆ ਹੀ ਕਹਿਣਾ। ਰੋਟੀ ਉਹ ਸੜ ਗਈ, ਸੜ ਜੇ ਜੇ ਕਿਸੇ ਕੋਲੋਂ, ਤਾਂ ਉਹਨੇ ਕਹਿਣਾ ਵੀ ਰੋਟੀ ਆਹ ਥੋੜ੍ਹੀ ਜਿਹੀ ਸੜ ਗਈ, ਨਹੀਂ ਨਹੀਂ ਵੈਰੀ ਨਾਈਸ ਬਰਾਊਨ, ਰੜ ਗਈ ਆ, ਸੜੀ ਨਹੀਂ ਰੜ ਗਈ ਆ। ਸੋ ਇਹੋ ਜਿਹੇ ਜਿਹੜੀ ਜੀਭ ਹੈਗੀ ਆ ਉੱਥੇ ਕੀ ਕਰੂਗੀ। ਹੁਣ ਪਤੀ ਦਾ ਝੂਠ ਤੋਂ 2 ਮਿੰਟ 'ਚ ਹੀ ਫੜਿਆ ਜਾਣਾ, ਉਹਨੇ ਪੁੱਛਣਾ ਵੀ ਕਿਹੋ ਜਿਹੀ ਸਬਜ਼ੀ ਬਣੀ ਹੈ, ਪਤੀ ਨੇ ਕਹਿਣਾ ਵੀ ਬਹੁਤ ਸਵਾਦ ਬਣੀ, ਵੈਰੀ ਨਾਈਸ, ਵੈਰੀ ਟੇਸਟੀ। ਮਸ਼ੀਨ ਨੇ ਜਦੇ ਬੋਲ ਪੈਣਾ, ਝੂਠ ਬੋਲੀ ਜਾਂਦਾ ਇਹ, ਝੂਠ ਬੋਲੀ ਜਾਂਦਾ। ਫਿਰ ਪੰਜਾਬ ਦੇ ਵਿੱਚ ਇਹ ਮਸ਼ੀਨ ਕੰਮ ਨਹੀਂ ਆਉਣੀ, ਕਿਉਂਕਿ ਪੰਜਾਬ ਦੇ ਵਿੱਚ ਹੁਣ ਸਬਜ਼ੀ ਦਾ ਪਤਾ ਲੱਗੂ ਉਹਨੂੰ, ਤਾਂ ਹੀ ਹੈ ਨਾ ਵੀ ਕੀ ਬਣਾਇਆ। ਹੁਣ ਸਾਗ ਦੀ ਜਦੋਂ ਦੇਖੂਗੀ ਟੇਸਟ ਕੀ ਦੱਸੂਗੀ, ਉਹਦਾ ਚਿੱਬੜਾਂ ਦੀ ਸਬਜ਼ੀ ਬਣਾਈ ਹੋਵੇ ਫਿਰ ਕੀ ਦੱਸੂ ਉਹਦਾ। ਸੋ ਮਸ਼ੀਨ ਨੇ ਜਦੋਂ ਦੇਖਣਾ ਸਾਗ ਦਾ ਦੇਖਣਾ, ਉਹਨੇ ਕਹਿਣਾ ਮੇਰੀਆਂ ਤਾਰਾਂ ਹਰੀਆਂ ਹੋਈਆਂ, ਮੈਂ ਤਾਂ ਬਾਹਰ ਹੀ ਠੀਕ ਹੈ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਬਹੁਤ, ਕਾਢਾਂ ਜਿਹੜੀਆਂ ਬੜੀ ਸਾਇੰਸਦਾਨ ਕੱਢਦੇ ਨੇ। ਅੱਛਾ, ਅਸੀਂ ਚੋਰੀ ਦੀ ਗੱਲ ਕੀਤੀ ਹੈ, ਅੱਜ ਜਿਹੜੀ ਇਸ ਵਿਸ਼ਾ ਵੀ ਹੈ ਸਾਡਾ, ਵੱਖ ਵੱਖ ਤਰੀਕਿਆਂ ਨਾਲ ਚੋਰ ਚੋਰੀ ਕਰਦੇ ਨੇ, ਔਰ ਇਕੱਲੀ ਅਮੈਰੀਕਾ, ਕੈਨੇਡਾ, ਭਾਰਤ, ਪੰਜਾਬ ਦੇ ਵਿੱਚ ਨਹੀਂ, ਪੂਰੀ ਦੁਨੀਆ 'ਚ ਇਹ ਹਾਲ ਹੈ। ਜਰਮਨ ਦੇ ਵਿੱਚ ਚੋਰੀਆਂ ਕਰਨ ਦਾ ਉਹਨਾਂ ਦਾ ਵੱਖਰਾ ਹੀ ਤਰੀਕਾ ਸੀ। ਉਹ ਕੀ ਕਰਦੇ ਸੀ, ਸੁੰਨਸਾਨ ਜਗ੍ਹਾ 'ਤੇ ਖੜ੍ਹ ਜਾਂਦਾ ਗਰੋਹ ਜਿਹੜਾ ਹੈਗਾ, ਅਤੇ ਉੱਥੋਂ ਡਰੋਨ ਦੇ ਨਾਲ, ਡਰੋਨ ਦੇ ਉੱਪਰ ਕੱਪੜਾ ਬੰਨ੍ਹ ਦੇਣਾ, ਭੂਤਾਂ ਜਿਹਾ ਵਾਲਾ ਕਾਲਾ ਕੱਪੜਾ ਬੰਨ੍ਹ ਕੇ ਡਰੋਨ ਚਲਾ ਦੇਣਾ, ਜਦੋਂ ਕੋਈ ਗੱਡੀ ਆਉਂਦੀ ਹੋਣੀ ਉਹਦੇ ਅੱਗੇ ਡਰੋਨ ਚਲਾ ਦੇਣਾ, ਅਤੇ ਨਾਲ ਉੱਥੇ ਮਿਊਜ਼ਿਕ ਛੱਡ ਦੇਣਾ ਭੂਤਾਂ ਵਾਲਾ, ਅਤੇ ਬੰਦਾ ਡਰ ਕੇ ਗੱਡੀ ਰੋਕ ਕੇ ਅਤੇ ਗੱਡੀ ਛੱਡ ਕੇ ਭੱਜ ਜਾਂਦਾ ਸੀ। ਹੁਣ ਸਮਾਨ ਕੱਢਣ ਦਾ ਉਹਦੇ ਕੋਲ ਕਿਹਦੇ ਕੋਲ ਟਾਈਮ ਹੈ? ਫਿਰ ਉਹ ਗੱਡੀ ਦੇ ਵਿੱਚ ਜਿਹੜਾ ਸਮਾਨ ਸਮੂਨ ਹੁੰਦਾ, ਪਰਸ ਪੁਰਸ ਹੁੰਦਾ ਹੋਊਗਾ ਜਾਂ ਕੀ ਹੁੰਦਾ ਹੋਊਗਾ, ਉਹ ਸਾਰਾ ਕੱਢ ਕੇ ਲੈ ਜਾਂਦੇ ਸੀਗੇ। ਪਰ ਉਹ ਬੰਦੇ ਫੜੇ ਗਏ, ਫੜਦੇ ਛੇਤੀ ਹੁੰਦਾ ਉੱਥੋਂ ਦੇ, ਅਤੇ ਸਾਡੇ ਤਾਂ ਹੁਣ ਪੰਜਾਬ ਜੇ ਇੱਦਾਂ ਦਾ ਹੋਵੇ ਤਾਂ ਉਹਨਾਂ ਨੇ ਪੁਲਿਸ ਵਾਲੇ ਛੱਡ ਕੇ ਭੱਜ ਜਾਣਾ, ਅਤੇ ਹੁਣ ਪੰਜਾਬ ਵਾਲਿਆਂ ਨੂੰ ਇਹ ਆਈਡੀਆ ਮਿਲ ਜਾਣਾ ਇਹ, ਜੇ ਕਿਤੇ ਖਬਰ ਖੁਰ ਪਹੁੰਚ ਗਈ, ਹਾਂ ਸੱਚ ਯਾਰ ਇੱਦਾਂ ਵੀ ਕੰਮ ਕੀਤਾ ਜਾ ਸਕਦਾ। ਪਰ ਇਹ ਬੰਦੇ ਫੜੇ ਗਏ, ਅਤੇ ਉਦੋਂ ਬਾਅਦ ਇਹਨਾਂ ਨੇ ਇੱਕ ਚੀਨ ਨੇ ਰੋਬੋਟ ਬਣਾਇਆ, ਰੋਬੋਟ ਤਾਂ ਹੁਣ ਆਮ ਹੀ ਹੋ ਗਿਆ, ਇੱਥੇ ਰੈਸਟੋਰੈਂਟਾਂ ਦੇ ਵਿੱਚ ਰੋਬੋਟ ਨੇ, ਉਹ ਤੁਸੀਂ ਕਰਨ ਦੀ ਕੁਛ ਲੋੜ ਹੀ ਨਹੀਂ, ਤੁਸੀਂ ਉੱਥੇ ਔਡਰ ਦੇਣਾ ਕਾਊਂਟਰ 'ਤੇ, ਅਤੇ ਉਦੋਂ ਬਾਅਦ ਉਹਨੇ ਆ ਜਾਣਾ, ਜਿਹੜਾ ਰੋਬੋਟ ਨੇ ਸਭ ਖਾਣਾ ਲੈ ਕੇ ਆ ਜਾਣਾ, ਉਹਨੇ ਕਹਿਣਾ ਯੂਅਰ ਫੂਡ ਇਜ਼ ਰੈਡੀ, ਤੁਸੀਂ ਚੱਕ ਕੇ ਚੱਕ ਲੈਣਾ, ਤਾਂ ਉਹਨੇ ਥੈਂਕ ਯੂ ਕਰਕੇ ਚੱਲ ਜਾਣਾ। ਉਦੋਂ ਉਹ ਭਾਂਡੇ ਹੁੰਦੇ ਡਿਸਪੋਜੇਬਲ, ਅਤੇ ਤੁਸੀਂ ਭਾਂਡੇ ਰੋਟੀ ਰੋਟੀ ਖਾਧੀ ਅਤੇ ਬਿੱਲ ਦਿੱਤਾ ਅਤੇ ਭਾਂਡੇ ਉਹ ਸਿੱਟੇ ਟਰੈਸ਼ ਦੇ ਵਿੱਚ ਅਤੇ ਘਰੋਂ ਘਰੀ। ਸੋ ਰੋਬੋਟ ਉਹਨਾਂ ਨੇ ਕਿਹੜਾ ਬਣਾਇਆ, ਚੀਨ ਨੇ ਬਣਾਇਆ ਕਿ ਪੁਲਿਸ ਵਾਲੇ ਸਾਰੇ ਕੰਮ ਕਰੂਗਾ। ਪੁਲਿਸ ਵਾਲੇ ਕੰਮ ਬਾਹਰ ਦੇ ਹਿਸਾਬ ਨਾਲ ਤਾਂ ਹੋ ਸਕਦਾ ਕਰ ਦੇਵੇ, ਪਰ ਜੇ ਭਾਰਤ ਦੇ ਹਿਸਾਬ ਨਾਲ ਕਰਨੇ ਪੈਣ
ਤਾਂ ਫਿਰ ਕਿੱਥੋਂ ਕਿੱਦਾਂ ਕਰੂ ਉਹ? ਪੰਜਾਬ ਦਾ ਸਿਸਟਮ ਹੀ ਹੋਰ ਹੁੰਦਾ, ਪੁਲਿਸ ਵਾਲਾ ਰੋਕਦਾ, ਉੱਧਰੋਂ ਦੂਜਾ ਬੈਠਾ ਹੁੰਦਾ ਇੱਕ SHO ਡਾਹ ਕੇ ਕੁਰਸੀ ਦੇ ਉੱਪਰ ਲੱਤਾਂ ਰੱਖ ਕੇ। ਫਿਰ ਹੁਣ ਰੋਬੋਟ ਜਿਹੜਾ ਪੈਸੇ ਪੂਸੇ ਕਿੱਦਾਂ ਫੜੂਗਾ? ਪੁਲਿਸ ਵਾਲੇ ਤਾਂ ਫੜ ਲੈਂਦੇ, ਪੁਲਿਸ ਵਾਲੇ ਤਰੀਕੇ ਬੜੇ ਰੱਖੇ ਹੁੰਦੇ ਪੈਸੇ ਲੈਣ ਦੇ। ਇਹ ਤਾਂ ਫਿਰ ਕੰਮ ਔਖਾ ਹੋ ਜਾਣਾ। ਇਹ ਪੰਜਾਬ ਪੁਲਿਸ ਵਾਂਗੂ ਪੈਸੇ ਨਹੀਂ ਇਹਨੇ ਗਿਣ ਹੋਣੇ, ਫਿਰ ਇਹ ਨਹੀਂ ਕਹਿ ਹੋਣਾ ਉਹਨੂੰ ਪੁਲਿਸ ਵਾਲੇ ਨੂੰ ਰੋਬੋਟ ਨੂੰ ਵੀ ਆ ਲਾ ਗੱਲ ਕਰ DSP ਸਾਹਿਬ ਨਾਲ, ਆਪਣੇ ਸਾਹਿਬ ਨਾਲ ਗੱਲ ਕਰ, ਆ ਲਾ ਫਲਾਣੇ ਮੰਤਰੀ ਦੇ MLA ਨਾਲ ਗੱਲ ਕਰ। ਉਹ ਤਾਂ ਰੋਬੋਟ ਤਾਂ ਫਿਰ ਇਹ ਇੰਡੀਆ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਹੀ ਤਕਰੀਬਨ ਮੈਨੂੰ ਇਹ ਲੱਗਦਾ ਵੀ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਇੰਡੀਆ ਵਾਸਤੇ। ਪੁਲਿਸ ਦੇ ਕੰਮ ਬਾਹਰਲੇ ਮੁਲਕਾਂ 'ਚ ਕਰ ਸਕਦੇ ਕਿਉਂਕਿ ਬਾਹਰਲੇ ਮੁਲਕਾਂ 'ਚ ਕੰਮ ਸਾਫ਼ ਸੁਥਰੇ ਹੁੰਦੇ ਆ। ਹੁਣ ਕਹਿੰਦੇ ਆ ਭਗਵੰਤ ਮਾਨ ਸਾਹਿਬ ਜਾਂ ਇਹ ਆਰਟੀਫਿਸ਼ਲ ਇੰਟੈਲੀਜੈਂਸੀ ਲੈ ਆਉਣੀ ਆ, ਉਹ ਹੁਣ ਕੀ ਚੰਦ ਚਾੜਦੀ ਆ, ਕੀ ਕਰਦੀ ਕੀ ਨਹੀਂ ਕਰਦੀ, ਅਤੇ ਵੈਸੇ ਕਹਿੰਦੇ ਕੁਛ ਜ਼ਿਆਦਾ ਹੀ ਆ ਕਹਿ ਜਾਂਦੇ ਆ, ਇੰਨਾ ਕਹਿਣ ਦੀ ਲੋੜ ਨਹੀਂ ਹੁੰਦੀ ਅਤੇ ਉਹਨਾਂ ਫਿਰ ਪੂਰਾ ਹੁੰਦਾ ਨਹੀਂ ਮਗਰੋਂ ਕੰਮ, ਅਤੇ ਫਿਰ ਦੇਖਦੇ ਤਾਂ ਹਾਂ। ਚਲੋ ਪੰਜਾਬ ਦੇ ਲੋਕ ਸਿਆਣੇ ਹੋ ਗਏ ਜੀ ਬਹੁਤ, ਹੁਣ ਦੱਸ ਦਿੰਦੇ ਹੁੰਦੇ ਛੇਤੀ, ਅਤੇ ਪਰ ਇਹ ਪੁਲਿਸ ਦਾ ਰਿਪੋਰਟ ਜਿਹੜਾ ਪੰਜਾਬ ਦੇ ਵਿੱਚ ਨਹੀਂ ਚੱਲਣਾ। ਅੱਛਾ ਜੀ, ਆਮ ਤੌਰ 'ਤੇ ਅਕਸਰ ਅੱਜ ਵੀ ਅਸੀਂ ਦੇਖਦੇ ਹਾਂ ਲੜਕੀ ਦਾ ਜਨਮ ਹੁੰਦਾ ਤਾਂ ਬਾਹਲੇ ਚਿਹਰਿਆਂ 'ਤੇ ਖੁਸ਼ੀ ਨਹੀਂ ਹੁੰਦੀ, ਮਾਯੂਸੀ ਹੁੰਦੀ ਹੈ। ਕਈ ਉੱਪਰੋਂ ਉੱਪਰੋਂ ਖੁਸ਼ ਹੋ ਜਾਂਦੇ ਨੇ, ਚੱਲ ਲੱਡੂ ਵੰਡ ਦਿਓ ਯਾਰ, ਲੋਕ ਕਹਿਣਗੇ ਕੁੜੀ ਹੋ ਗਈ ਤਾਂ ਇਹਨਾਂ ਨੂੰ ਆਹ ਹੋ ਗਿਆ ਉਹ ਗਿਆ, ਉੱਪਰੋਂ ਉੱਪਰੋਂ ਲੱਡੂ ਵੰਡ ਦਿੰਦੇ ਆ, ਅੰਦਰੋਂ ਫਿਰ ਉਹੀ ਦੁਖੀ, ਇਹ ਰੱਬਾ ਕੋਈ ਚੰਗਾ ਜੀ ਦੇ ਦਿੰਦਾ, ਆਹ ਗੱਲ ਕਹਿੰਦੀ ਹੁੰਦੀ ਬੁੜੀਆਂ, ਕੋਈ ਚੰਗਾ ਜੀ ਦੇ ਦਿੰਦਾ, ਜੋੜੀ ਬਣ ਜਾਂਦੀ। ਅਤੇ ਪਰ ਐਸੀ ਗੱਲ ਨਹੀਂ, ਭਾਰਤੀ ਮੈਂ ਇਹ ਗੱਲ ਕੀਤੀ, ਭਾਰਤ ਦੇ ਵਿੱਚ SA ਵੀ ਹੈਗੀ ਜਗ੍ਹਾ ਜਿੱਥੇ ਕੁੜੀ ਜੰਮਣ 'ਤੇ ਪਿੰਡ ਜਸ਼ਨ ਮਨਾਉਂਦਾ ਹੈ। ਰਾਜਸਥਾਨ ਦਾ ਪੈਂਦਾ ਜੀ ਜ਼ਿਲ੍ਹਾ ਰਾਜਸਮੰਦ, ਪਤਾ ਹੋਏਗਾ ਰਾਜਸਥਾਨ ਦੇ ਕੋਈ ਲੋਕ ਹੋਣਗੇ ਤਾਂ, ਉੱਥੇ ਦਾ ਪਿੱਪਲਾਂ ਤਰੀ ਪਿੰਡ ਪੈਂਦਾ, ਇੱਕ ਪਿੱਪਲਾਂ ਤਰੀ ਕੋਈ ਪਿੰਡ ਹੈਗਾ, ਕਾਫੀ ਵੱਡਾ ਪਿੰਡ ਆ ਕਹਿੰਦੇ। ਉੱਥੇ ਜਦੋਂ ਕਿਸੇ ਦੇ ਘਰ ਬੱਚੀ ਜੰਮਦੀ ਆ, ਕੁੜੀ ਜੰਮਦੀ ਆ, ਤਾਂ ਸਾਰਾ ਪਿੰਡ ਜਸ਼ਨ ਮਨਾਉਂਦਾ। 111 ਬੂਟੇ ਇੱਕ ਕੁੜੀ ਜੋ ਜੰਮਦੀ ਆ, 111 ਬੂਟੇ ਪਿੰਡ ਵਿੱਚ ਅਤੇ ਆਲੇ ਦੁਆਲੇ ਖੇਤਾਂ ਦੇ ਵਿੱਚ ਪਿੰਡ ਵਾਲੇ ਲਾਉਂਦੇ ਨੇ, ਔਰ ਉੱਥੇ ਗਰੀਦਰੀ ਕਿੰਨੀ ਹੋਏਗੀ ਹਿਸਾਬ ਲਾ ਲਓ। ਔਰ 21,000 ਰੁਪਈਆ ਜੰਮਦੀ ਕੁੜੀ ਦੇ ਨਾਂ 'ਤੇ ਬੈਂਕ 'ਚ ਰੱਖ ਦਿੰਦੇ ਆ, ਜਿਹੜਾ ਉਹਨੂੰ 20 ਸਾਲ ਦੀ ਉਮਰ 'ਤੇ ਹੋ ਕੇ ਜਾ ਕੇ ਮਿਲਣਾ। ਹਿਸਾਬ ਲਾ ਲਓ 20 ਸਾਲ ਦੇ ਵਿੱਚ ਕਿੰਨੇ ਬਣ ਜਾਣੇ ਆ, ਅਤੇ ਕਿੰਨੀ ਚੰਗੀ ਗੱਲ ਹੈ। ਨਹੀਂ ਤਾਂ ਆਮ ਤੌਰ 'ਤੇ ਮੂੰਹ ਦੇ ਉੱਪਰ ਲੋਕਾਂ ਦੇ ਮਾਯੂਸੀ ਹੁੰਦੀ ਆ, ਫਿਰ ਧੀ ਜੰਮ ਪਈ ਆ, ਇਹ ਹੋ ਗਈ ਉਹ ਹੋ ਗਈ, ਉਹ ਵੀ ਵੈਸੇ ਤਾਂ ਇਕੱਲੇ ਗਰੀਬ ਨਹੀਂ, ਗਰੀਬ ਤਾਂ ਧੀ ਜੰਮਣ ਤੋਂ ਡਰਦਾ ਵੀ ਭਾਈ ਪਾਲਣਾ ਕਿੱਥੋਂ ਆ, ਕੱਲ੍ਹ ਨੂੰ ਵਿਆਹ ਕਰਨਾ, ਖਰਚੇ ਕਿੱਥੋਂ ਕਰਨੇ। ਅਮੀਰ ਵੀ ਡਰਦੇ ਨੇ, ਲੀਡਰ ਵੀ ਡਰਦੇ ਨੇ, ਇਨਸਕਿਉਰਿਟੀ, ਕੋਈ ਪਤਾ ਨਹੀਂ ਭਾਰਤ ਦੇ ਵਿੱਚ ਕਿੱਥੇ ਕੀ ਹੋ ਜਾਣਾ, ਇਸ ਕਰਕੇ ਸਾਰੇ ਡਰਦੇ ਨੇ। ਲਓ ਜੀ, ਹੁਣ ਹੋਰ ਇੱਕ ਸ਼ੁਰੂ ਹੋ ਗਿਆ ਕੰਮ ਗਿੰਨੀਜ਼ ਬੁੱਕ ਵਾਲਾ, ਅੰਬ ਦਾ ਅੱਜ ਕੱਲ੍ਹ ਸੀਜ਼ਨ ਹੈ ਅਤੇ ਅੰਬ ਬਹੁਤ ਸਾਰੇ ਲੋਕ ਬੜੇ ਸਵਾਦ ਨਾਲ ਖਾਂਦੇ ਨੇ, ਜੂਪਣ ਵਾਲਾ ਅੰਬ ਹੁੰਦਾ, ਕੱਟਾ ਹੁੰਦਾ, ਲੰਗੜਾ ਹੁੰਦਾ, ਦੁਸ਼ਹਿਰੀ ਹੁੰਦਾ, ਬੜੀ ਤਰ੍ਹਾਂ ਦੇ ਅੰਬ ਹੁੰਦੇ ਨੇ, ਪਰ ਇੱਕ ਅੰਬ ਹੈ ਨੂਰ ਜਹਾਂ ਅੰਬ, ਹੋ ਸਕਦਾ ਕਿਸੇ ਨੇ ਖਾਧਾ ਹੋਵੇ ਕਿ ਨਹੀਂ ਖਾਧਾ ਹੋਵੇ, ਭੋਪਾਲ ਦੇ ਵਿੱਚ ਹੁੰਦਾ ਸਿਰਫ, ਇਹ ਨੂਰ ਜਹਾਂ ਅੰਬ ਸਿਰਫ ਭੋਪਾਲ ਦੇ ਵਿੱਚ ਹੁੰਦਾ ਕੁਛ ਏਰੀਏ 'ਚ। ਇਸ ਅੰਬ ਦੀ ਖਾਸੀਅਤ ਇਹ ਹੈ ਕਿ 4.5 ਕਿਲੋ ਤੱਕ ਦਾ ਇੱਕ ਅੰਬ ਹੋ ਜਾਂਦਾ, 4.5 ਕਿਲੋ ਤੱਕ ਦਾ,
ਅਤੇ 1200 ਰੁਪਈਏ ਕਿਲੋ ਇਹ ਅੰਬ ਮਿਲਦਾ। ਉਦੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਜਿਹੜੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲ ਨੂੰ ਜਾਂਦੀ ਹੈ ਕਿ ਇਹ ਅੰਬ ਸਿਰਫ 5 ਦਿਨਾਂ ਦੇ ਵਿੱਚ ਜਦੋਂ ਆਉਂਦਾ ਉਦੋਂ 5 ਦਿਨ ਦੇ ਵਿੱਚ ਇਹ ਅੰਬ ਖਤਮ ਹੋ ਜਾਂਦਾ। ਭੋਪਾਲ ਦੇ ਵਿੱਚ ਹੈ ਨੂਰ ਜਹਾਂ ਅੰਬ, ਕਿਤੇ ਹੋਵੇ ਗੱਲ ਤਾਂ ਪੁੱਛ ਲਓ। ਪਿਛਲੇ ਹਫ਼ਤੇ ਦੀ ਗੱਲ ਆ, ਸਾਡੇ ਦੋਸਤ ਕਿੱਥੇ ਰਹਿੰਦੇ ਨੇ, ਮੋਡੈਸਟੋ ਸੀਰੀਜ਼, ਉਹਨਾਂ ਦੀ ਬੇਟੀ ਪੜ੍ਹਦੀ ਹੈ ਸੈਕਰਾਮੈਂਟੋ। ਸ਼ਾਮ ਨੂੰ ਕੋਈ ਬਾਹਲਾ ਲੇਟ ਵੀ ਨਹੀਂ ਸੀ, ਆਹੀ ਅੱਜ ਕੱਲ੍ਹ ਤਾਂ 7-8 ਵਜੇ ਵੀ ਦਿਨ ਪੂਰਾ ਖੜ੍ਹਾ ਹੁੰਦਾ। ਉਹ ਆਪਣੀ ਫਰੈਂਡਸ ਦੇ ਨਾਲ ਕਿਤੇ ਪੀਜ਼ਾ ਖਾ ਕੇ ਡਾਊਨ ਟਾਊਨ ਦੇ ਵਿੱਚ, ਸੈਕਰਾਮੈਂਟੋ ਡਾਊਨ ਟਾਊਨ ਦੇ ਵਿੱਚ ਪੀਜ਼ਾ ਖਾ ਕੇ ਨਿਕਲੇ ਨੇ, ਬਾਕੀ ਚੱਲ ਪਏ ਨੇ। ਅਤੇ ਉਹ ਜਦੋਂ ਚੱਲਣ ਲੱਗੀ ਤਾਂ ਅੱਗੇ ਦੋ ਬੰਦੇ ਪਿਸਤੌਲ ਲੈ ਕੇ ਖੜ੍ਹੇ ਨੇ, ਪਿਸਤੌਲ ਲੈ ਖੜ੍ਹੇ ਆ, ਅਤੇ ਉਹ ਇੱਕ ਗੱਡੀ ਉੱਕੋ ਖੋਹਦੇ ਨੇ, ਗੱਡੀ ਖੋਹ ਕੇ ਲਿਜਾ ਕੇ, ਅਤੇ ਉਸ ਤੋਂ ਬਾਅਦ ਉਹਨੂੰ ਕੀਤਾ ਜਾਂਦਾ ਤੋੜ ਭੰਨ, ਲੁੱਟਾਂ ਖੋਹਾਂ ਕਰਕੇ 5-4 ਘੰਟੇ ਬਾਅਦ ਪੁਲਿਸ ਨੂੰ ਗੱਡੀ ਮਿਲ ਜਾਂਦੀ, ਜਮ੍ਹਾਂ ਟੁੱਟੀ ਭਾਅ ਜੀ, ਟੋਟਲ ਲੋਸ। ਅਤੇ ਉਹ ਕੁੜੀ ਵਿਚਾਰੀ ਪੜ੍ਹਨੋਂ ਹਟ ਗਈ, ਉਹ ਕਹਿੰਦੀ ਮੈਂ ਜਾਣਾ ਨਹੀਂ ਉੱਥੇ, ਪੜ੍ਹਨਾ ਨਹੀਂ। ਇੱਕ ਹੋਰ ਕੇਸ ਹੋਇਆ ਸੀਗਾ ਚੀਨਾ ਜਦੋਂ ਕਾਫੀ ਮਸ਼ਹੂਰ ਆ, ਉਹਦੇ ਅਸੀਂ ਸ਼ੂਟਿੰਗ ਕਰ ਰਹੇ ਸੀ, ਅੰਦਰ ਅਤੇ ਬਾਹਰ ਗੱਡੀ ਸੀ ਖੜ੍ਹੀ, ਸਾਡੇ ਆਰਟਿਸਟ ਜਿਹੜੇ ਨਾਲ ਗਈ ਸੀ ਲੇ ਕੁੜੀ, ਅਤੇ ਉਹਦੀ ਗੱਡੀ ਦਾ ਦੁਪਹਿਰੇ 12 ਵਜੇ ਸ਼ੀਸ਼ਾ ਭੰਨ ਕੇ ਸਾਰਾ ਕੁਛ ਕੱਢ ਲਏ। ਇਹ ਸਾਰੀਆਂ ਚੀਜ਼ਾਂ ਦਾ ਹੱਲ ਕੀ ਹੈ ਅਤੇ ਅਸੀਂ ਕਿੱਥੇ ਖੜ੍ਹੇ ਹਾਂ, ਕੀ ਇਹਨੂੰ ਹੱਲ ਪੈ ਸਕਦੀ ਹੈ? ਸਰਦਾਰ ਇੰਦਰਜੀਤ ਸਿੰਘ ਜੀ ਥਿੰਦ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਜੱਗੀ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਇਹ ਥਿੰਦ ਸਾਹਿਬ ਹੁਣ ਰੁਝਾਨ ਸ਼ੁਰੂ ਹੋਇਆ ਜਾਂ ਪਹਿਲਾਂ ਵੀ ਹੋਊਗਾ, ਜਾਂ ਪਹਿਲਾਂ ਪਤਾ ਨਹੀਂ ਸੀ, ਜਾਂ ਹੁਣ ਬਹੁਤ ਜ਼ਿਆਦਾ, ਹੁਣ 15-15-20 ਜਣੇ? 3 ਕੇਸ ਹੁਣ ਹੋਏ ਆ ਤਾਂ, ਪਰ ਬੰਦੇ ਫੜ ਹੋ ਗਏ ਆ। 5-10 ਦੇ ਫੜ ਹੋਏ ਜੀ ਇੱਥੇ ਤੁਹਾਡੇ ਏਰੀਏ 'ਚ ਸੀ? ਹਾਂ, 5 ਫੜ, ਬਾਕੀ ਫੜ ਹੋ ਜਾਣਗੇ। ਅਤੇ ਉਹਨਾਂ ਨੂੰ ਫਿਰ ਕਰਦੇ ਕੀ ਹੈ ਜੀ, ਸਮਾਨ ਰਿਕਵਰ ਹੋ ਜਾਂਦਾ ਨਹੀਂ ਹੁੰਦਾ, ਕੀ ਹੁੰਦਾ ਹੋਊ ਆਈਡੀਆ? ਕਿਉਂਕਿ ਇਹ ਕੇਸ ਹੁੰਦਾ FBI FBI ਡਿਸਕਲੋਜ਼ ਨਹੀਂ ਕਰਦੀ ਇਹਨੇ ਛੇਤੀ। ਅੱਛਾ ਜੀ। ਅਤੇ ਲੋਕਲ ਪੁਲਿਸ ਦੀ, ਪੁਲਿਸ ਬਾਹਰ ਹੁੰਦਾ ਅਤੇ ਕੇਸ ਚੱਲਿਆ ਸਿੱਧਾ FBI ਕੋਲ। ਹਾਂ, ਅੱਛਾ ਜੀ। ਇਹ ਥਿੰਦ ਸਾਹਿਬ ਵੱਧ ਕਿਉਂ ਗਿਆ ਇੰਨਾ? ਜਿਹੜੇ ਕੋਈ ਕੋਈ ਵੀ ਇਹਨਾਂ ਦੀ ਆਈਡੈਂਟੀ ਆ, ਦੂਸਰੀ ਤੀਸਰੀ ਚੀਜ਼ ਆ, ਇਹਨਾਂ ਦੇ ਕੁਛ ਵੀ ਆ, ਉਹ ਡਿਸਕਲੋਜ਼ ਬਹੁਤ ਇੰਨੀ ਛੇਤੀ ਨਹੀਂ ਕਰਦੇ। ਜਿਸ ਵਿੱਚ ਸਾਰੇ ਬੰਦੇ ਫੜ ਹੋ ਜਾਂਦੇ ਨਾ, ਫਿਰ ਉਹ ਡਿਸਕਲੋਜ਼ ਕਰਦੇ ਆ। ਇਹ ਥਿੰਦ ਸਾਹਿਬ ਵੱਧ ਕਿਉਂ ਗਿਆ ਇੰਨਾ? ਬੇਰੁਜ਼ਗਾਰੀ ਵਧੀ ਆ ਜਾਂ ਉੱਦਾਂ ਖੁੱਲ੍ਹ ਮਿਲ ਗਈ ਆ ਲੁਟੇਰਿਆਂ ਨੂੰ? ਕਿਉਂਕਿ ਇਹ ਵੀ ਪਤਾ ਲੱਗਾ ਸੀ, ਸਟੇਟਾਂ ਤੋਂ ਅੱਗੇ ਕਰ ਰਹੇ ਸੀਗੇ। ਹਾਂਜੀ, ਕੈਲੀਫੋਰਨੀਆ ਦੇ ਬੰਦੇ ਨਹੀਂ ਸੀਗੇ ਇਹ? ਨਹੀਂ, ਮੈਂ ਉਹੀ ਗੱਲ ਕਰਦਾ, ਫਲਾਈਟ ਲੈ ਕੇ ਆਉਂਦੇ ਨੇ ਜੀ ਬੰਦੇ ਹੋਰ ਸਟੇਟਾਂ ਚੋਂ। ਹਾਂਜੀ ਹਾਂਜੀ, ਇਹ ਸਾਰੇ ਬੰਦੇ ਤੋਂ ਦੂਜੀਆਂ ਸਟੇਟਾਂ ਤੋਂ ਆ ਰਹੇ ਸੀਗੇ। ਦੱਸੋ, ਹਵਾਈ ਤੋਂ ਆ ਰਹੇ ਸੀ? ਹਵਾਈ ਤੋਂ। ਹਾਂਜੀ ਹਾਂਜੀ, ਉਹ ਫਲਾਈਟ ਲੈ ਕੇ ਆਉਂਦੇ ਨੇ ਕੈਲੀਫੋਰਨੀਆ 'ਚ, ਲੁੱਟ ਕੇ ਚੱਲ ਜਾਂਦੇ ਕੈਲੀਫੋਰਨੀਆ 'ਚੋਂ, ਲੁੱਟ ਕੇ ਜਾਂਦੇ। ਅਤੇ ਪਰ ਉਹ 2 ਕੇਸ, 3 ਕੇਸ 'ਚੋਂ ਫੜ ਹੋ ਗਏ ਸੀਗੇ 5 ਬੰਦੇ, ਤਾਂ ਉਹ ਤੋਂ ਬਾਅਦ ਫਿਰ ਬਾਕੀਆਂ ਦੇ ਹੁਣ ਜਿਹੜੀ ਉਹ ਟ੍ਰੇਸਿੰਗ ਚੱਲ ਰਹੀ ਆ, ਉਹ ਵੀ ਫੜ ਹੋ ਜਾਣੇ ਆ, ਕੋਈ ਇੱਡੀ ਖਾਸ ਗੱਲ ਨਹੀਂ ਹੈਗੀ। ਅੱਛਾ ਜੀ। ਹਾਂਜੀ, ਇਹਦਾ ਕੋਈ ਹੱਲ ਗਾਹਾਂ ਕੀ ਸਟੋਰਾਂ ਵਾਲੇ? ਕਿਉਂਕਿ ਬਹੁਤ ਡਰੇ ਕਿ ਦੇਖੋ ਜਦੋਂ ਉੱਥੇ ਮਤਲਬ ਇੰਨਾ ਕੈਮਰੇ ਆ, 3 ਦਿਹਾੜੇ ਉਹ ਇਹਦੀ ਡੇਰਿੰਗ ਕਿੱਦਾਂ ਹੁੰਦੀ, ਉਹ ਬੜੀ ਸੋਚਣ ਵਾਲੀ ਗੱਲ ਹੈ। ਹਾਂਜੀ, ਅਤੇ ਇਹ ਤਾਂ ਹੈ ਨਹੀਂ ਕਿ ਜਿਹੜੀ ਆਪਣਾ ਲੋਕਲ ਪੁਲਿਸ ਤਾਂ ਹਰ ਦੁਕਾਨ ਦੇ ਸਾਹਮਣੇ ਖੜੀ ਨਹੀਂ ਹੋ ਸਕਦੀ। ਹਾਂਜੀ, ਹੁਣ ਉਹਨਾਂ ਨੇ ਰੱਖ ਲਏ ਆ ਜਿਹੜੇ ਆਪਣੇ ਸਿਕਿਉਰਿਟੀ ਗਾਰਡ ਰੱਖ ਲਏ ਵਿਦ ਆਰਮ ਪ੍ਰਾਈਵੇਟ ਸਿਕਿਉਰਿਟੀ। ਹਾਂਜੀ, ਪ੍ਰਾਈਵੇਟ। ਹਾਂਜੀ, ਉਹਨਾਂ ਨੂੰ ਗੰਨ ਦੇ ਲਾਇਸੈਂਸ ਦਿੱਤੇ ਆ, ਤੇ ਉਹ ਕਹਿੰਦੇ ਵੀ ਜਿਹੜਾ ਵੀ ਕੋਈ ਇੱਦਾਂ ਦਾ ਆਉਂਦਾ ਉਹ ਕਰ ਦਿਓ ਸ਼ੂਟ। ਅੱਛਾ ਜੀ। ਹਾਂ, ਨਹੀਂ ਇਹ ਇਕੱਲੇ ਉਸ ਸਟੋਰ ਨੂੰ ਜਾਂ ਸਾਰੇ ਸਟੋਰਾਂ ਨੂੰ ਇਹ ਕਰਤਾ ਅਲਾਊਡ? ਨਹੀਂ, ਜਿਹੜੇ ਆਪਣੇ ਗੋਲਡ ਦੇ ਆ। ਅੱਛਾ, ਗੋਲਡ ਵਾਲੇ, ਠੀਕ ਹੈ।
ਪਰ ਹੈ ਕੰਮ ਡਰ ਹੀ ਲੱਗਦਾ ਜੀ, ਆ ਕੁੜੀ ਸਾਡੀ ਹੈਗੀ ਇੱਥੇ ਪੜ੍ਹਦੀ ਸੀ ਸੈਕਰਾਮੈਂਟੋ, ਹੁਣ ਜਾਂਦੀ ਨਹੀਂ ਪੜ੍ਹ ਕਲਾਸਾਂ ਲਾਉਣ, ਘਰ ਹੀ ਬੈਠੀ ਇੱਥੇ, ਉਹ ਇੰਨੀ ਡਰੀ ਹੋਈ ਹੈ। ਨਹੀਂ ਜਿਵੇਂ ਗੱਡੀ ਇਹਦੀ ਗੱਡੀ ਖੋ ਕੇ ਅਤੇ ਉਹਨੂੰ ਉਹਨੇ ਨਾਲ ਕਿਤੇ ਚੋਰੀ ਚੋਰੀ ਕੀਤੀ ਜਾਂ ਕੀ ਕੀਤਾ, ਗੱਡੀ ਭੰਨ ਤੋੜ ਕਰਕੇ ਅਤੇ ਕਿਤੇ ਉਹ ਪੁਲਿਸ ਨੂੰ ਮਿਲੀ ਆ, ਉਹਦੇ ਦਿਮਾਗ 'ਚ ਡਰ ਬੈਠ ਗਿਆ ਵੀ ਹੋ ਸਕਦਾ ਕੀ ਪਤਾ ਮੈਨੂੰ ਗੋਲੀ ਮਾਰ ਕੇ ਵੀ ਜਾ ਸਕਦੀ, ਪਰ ਬਣੂ ਕੀ ਥਿੰਨ ਸਾਹਿਬ ਇਹਦਾ, ਇਹ ਤਾਂ ਕੰਮ ਕਾਫੀ ਟੈਨਸ਼ਨ ਵਾਲਾ ਹੋ ਗਿਆ। ਨਹੀਂ ਉਹ ਜਿਹੜੀ ਹੁਣ ਸਾਡੀ ਸੈਨ ਹੋਜ਼ੇ ਸਿਟੀ ਆ ਨਾ, ਹਾਂਜੀ ਜਿੱਥੇ ਅਸੀਂ ਰਹਿੰਦੇ ਹਾਂ, ਹਾਂਜੀ ਇਹ ਵਰਲਡ ਦੇ ਸੇਫੈਸਟ ਸਿਟੀ ਚੋਂ ਮੰਨਿਆ ਜਾਂਦਾ। ਅੱਛਾ ਜੀ, ਵਰਲਡ ਦੇ ਸੇਫੈਸਟ ਐਂਡ ਵਰਲਡ ਦੇ ਰਿਚੈਸਟ ਸਿਟੀ ਤੋਂ ਮੰਨਿਆ ਜਾਂਦਾ। ਇਹ ਦੋ ਚੀਜ਼ਾਂ ਸੈਨ ਹੋਜ਼ੇ ਵੀ ਆ, ਇੱਕ ਸੇਫੈਸਟ, ਸੇਫੈਸਟ ਮਤਲਬ ਟੋਪ 20 ਸੇਫ ਸਿਟੀ ਜਿਹੜੇ ਵਰਲਡ ਦੇ ਹੈਗੇ ਜੀ, ਉੱਥੇ ਫ੍ਰੀ ਮਾਊਂਟ ਵੀ ਆਉਂਦਾ। ਫ੍ਰੀ ਮਾਊਂਟ, ਪਰ ਫ੍ਰੀ ਮਾਊਂਟ ਵੀ ਹੋਈ ਸੀ ਪਿੱਛੇ ਚੋਰੀ ਤਾਂ? ਨਹੀਂ ਹੋਈਆਂ ਚੋਰੀਆਂ, ਪਰ ਉਹ ਸੇਫ ਸਿਟੀ 'ਚ ਆਉਂਦਾ, ਇੱਦਾਂ ਦੀ ਗੱਲ ਨਹੀਂ ਹੈਗੀ। ਉਹ ਕਰ ਗਏ ਇੱਕ ਵਾਰੀ, ਉਹ ਦੁਬਾਰਾ ਰਿਪੀਟ ਨਹੀਂ ਹੋਣ ਦਿੰਦੇ। ਹੁਣ 9/11 ਇੱਕ ਵਾਰੀ ਹੋਇਆ, ਦੁਬਾਰਾ ਤਾਂ ਨਹੀਂ ਹੋਣ ਦਿੰਦਾ। ਬਿਲਕੁਲ ਜੀ, ਬਿਲਕੁਲ, ਚਲੋ ਠੀਕ ਹੈ ਜੀ, ਥੈਂਕ ਯੂ ਤੁਹਾਡਾ। ਹਾਂਜੀ ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਫਟਾਫਟ ਇਹਨੂੰ ਵੀ ਨੇਪਰੇ ਚਾੜੀਏ, ਟਾਈਮ ਦਾ ਪਤਾ ਹੀ ਨਹੀਂ ਲੱਗਦਾ ਲਾਈਵ ਦੇ ਵਿੱਚ ਤਾਂ ਵੀ ਕਿਹੜੇ ਵੇਲੇ ਟਾਈਮ ਮੁੱਕ ਜਾਂਦਾ ਜੀ। ਸਰਦਾਰ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਬੋ, ਸਵਾਗਤ। ਕਿਰਪਾ ਜੀ, ਕਿਰਪਾ, ਆਸ਼ੀਰਵਾਦ ਤੁਹਾਡਾ। ਹਾਂਜੀ, ਪ੍ਰੋਗਰਾਮ ਆਹ ਚੋਰੀਆਂ ਚੋਰੀਆਂ ਬਹੁਤ ਵੱਧ ਗਈਆਂ ਇੱਥੇ, ਵੀ 15-20 ਜਣੇ ਆਏ ਬਾਹਰਲੀ ਸਟੇਟ ਚੋਂ ਇੱਥੇ ਟੁੱਟ ਕੇ ਲੈ ਗਏ ਸੁਨਿਆਰੇ ਦੀਆਂ ਦੁਕਾਨਾਂ, ਅਤੇ ਉਹਦੀ ਚੱਲਦੀ ਵੀ ਇਹਦਾ ਕਦੋਂ ਕਦੋਂ ਵਧੀਆ, ਇਹ ਪਹਿਲਾਂ ਵੀ ਇੱਦਾਂ ਹੀ ਸੀ? ਨਹੀਂ ਹੁਣ ਜ਼ਿਆਦਾ ਵਧੀਆ ਸੀਗੀਆਂ ਤਾਂ ਪਹਿਲਾਂ ਤਾਂ ਥੋੜ੍ਹਾ ਬਹੁਤੀਆਂ, ਪਰ ਹੁਣ ਤਾਂ ਸ਼ਰੇਆਮ ਹੋ ਗਈਆਂ ਨਾ। ਹੁਣ ਤਾਂ ਜਦੋਂ ਦਾ ਕਾਨੂੰਨ ਬਣਿਆ ਉਦੋਂ ਦਾ ਜ਼ਿਆਦਾ ਵਧੀਆ ਜੀ ਕੰਮ, ਮੇਰੇ ਖਿਆਲ ਉਦੋਂ ਦਾ ਜ਼ਿਆਦਾ ਵਧਿਆ। ਕੋਈ ਹੁਣ ਇੱਕ ਤਾਂ ਇਹ ਇਹਨਾਂ ਨੂੰ ਫਿਰ ਰਹਿਸ਼ ਦੇਈ ਜਾਂਦੇ ਆ, ਕੋਈ ਕਾਨੂੰਨ ਤਾਂ ਹੈ ਹੀ ਨਹੀਂ ਫੜਨ ਫੁੜਨ ਵਾਲੀ ਗੱਲੇ, ਕੋਈ ਜਮਾਂ ਜਿਹੜਾ ਫੜਦਾ ਉਹਨੂੰ ਫੜਦੇ ਆ ਇਹ। ਆ ਦੋ ਤਿੰਨ ਕੇਸ ਹੋਏ ਆ ਜੀ, ਦੁਪਹਿਰੇ 12 ਵਜੇ ਗੱਡੀ ਤੋੜ ਕੇ ਉਹ 'ਚੋਂ ਲੈਪਟਾਪ ਸਮਾਨ ਸਮੂਨ ਕੱਢ ਕੇ ਲੈ ਗਏ ਸੈਕਰਾਮੈਂਟੋ, ਇੱਕ ਕੁੜੀ ਸਾਡੀ ਕੋਲ ਗੱਡੀ ਖੋ ਕੇ ਅਤੇ 5-6 ਘੰਟੇ ਭੰਨ ਭੁੰਨ ਕੇ ਫਿਰ ਕਿਤੇ ਖੜਾ ਗਏ। ਉਹ ਬੋਲੇ ਬੋਲੇ ਉਹ ਵਿਚਾਰੀ ਡਰੀ, ਹੁਣ ਜਾਂਦੀ ਨਹੀਂ ਪੜ੍ਹਨ। ਲੁੱਟ ਕੇ ਫੜੇ ਗਏ, ਉਦਾਂ 5 ਜਣੇ ਫੜੇ ਗਏ, ਬਾਕੀ ਫੜੇ ਜਾਣਗੇ ਮੈਨੂੰ ਲੱਗਦਾ। ਅੱਗੇ ਇੱਕ ਦਿਨ ਇੱਧਰੋਂ ਪੋਰਟ ਆ ਉਸ ਸ਼ਹਿਰੋਂ ਕੱਪੜੇ ਦਾ ਲੂਣੇ ਸਾਹਮਣੇ 20 ਜਣੇ ਆਏ, ਉਹ 20 ਗੋਲ ਜਿਹੇ ਮੋਢਿਆਂ 'ਤੇ ਰੱਖ ਕੇ ਤੁਰ ਪਏ, ਚੱਕ ਕੇ ਸਾਰਾ ਲੈ ਗਿਆ ਵਿੱਚੋਂ ਕੱਪੜਾ ਜਿੰਨਾ ਸੀਗਾ ਸਟੋਰ ਦੇ ਵਿੱਚੋਂ। ਚਲੋ ਅਸੀਂ ਇਹੀ ਬੇਨਤੀ ਕਰਦੇ ਜੀ, ਆਪਣਾ ਧਿਆਨ ਰੱਖੋ ਸਟੋਰਾਂ ਵਾਲੇ, ਖਾਸ ਤੌਰ 'ਤੇ ਸਟੋਰਾਂ ਵਾਲੇ ਬਹੁਤ ਡਰੇ ਪਏ ਨੇ। ਇਹ ਜਿਹੜੇ ਰਾਜੇ ਰੂਜੇ ਜਿਹੜੇ ਇਹੀ ਕਾਨੂੰਨ ਬਣਾਉਣ ਵਾਲੇ ਇਹੀ ਲੁੱਟਦੇ ਆ, ਇਹ ਕਿਹੜਾ ਕੋਈ ਹੋਰ ਤਾਂ ਨਹੀਂ ਚੱਲ ਕਾਨੂੰਨ ਉੱਦਾਂ ਦੇ ਬਣਾਉਣੇ ਆ। ਇੱਕ ਤੂੰ ਕਸਾਈ ਮੇਰੇ ਪਿੰਡ ਦਾ ਰਾਜ ਆ, ਦੂਜਾ ਤੇਰਾ ਸ਼ਾਹਾਂ ਦਾ ਜੋੜ। ਇੱਕ ਤੂੰ ਕਸਾਈ ਮੇਰੇ ਪਿੰਡ ਦੇ ਆ ਰਾਜ ਆ, ਦੂਜਾ ਤੇਰਾ ਸ਼ਾਹਾਂ ਦਾ ਜੋਰ, ਤੇਰੀ ਨੀਂਦ ਉੱਤੇ ਪਹਿਰਾ, ਤੇਰਿਆਂ ਮੁਕੱਦਮਾ ਤਾਂ ਕੁੱਤੇ ਰੱਖਣ ਦੀ ਨਹੀਂ ਲੋੜ, ਤੇਰੇ ਬੂਹੇ ਦੇ ਸਮਾਜਵਾਦ ਦੇ ਚੂਰਨ ਦੇ ਲੱਗੇ ਹੋਏ ਸੂਈ ਦੇ ਅੰਬਾਰ, ਜਿਹਦਾ ਗਾਹਕ ਲੋਹੇ ਇੱਟਾਂ ਖੰਡ ਤੇ ਸਮੈਂਟ ਤਾਂ ਹੀ ਹੱਕਾਂ ਵਾਂਗੂ ਜਾਂਦਾ ਡਕਾਰ, ਜ਼ਿੰਦਗੀ ਦੀ ਬਲੀ ਵਾਜੋਂ ਤੇਰਿਆਂ ਪੰਗੰਬਰਾਂ ਦਾ ਸਕੇ ਨਾ ਉਧਾਰ ਕੋਈ ਮੋੜ, ਤੇਰੀ ਨੀਂਦ ਉੱਤੇ ਪਹਿਰਾ ਤੈਨੂੰ ਰੱਖਾਂ ਰੱਬ ਦੀਆਂ, ਕੋਈ ਕੀ ਮੇਰਾ ਮੋੜ ਸਕਦਾ ਨਾ ਤੈਨੂੰ ਪਛਾਣ, ਉਸੇ ਹੀ ਸਿਪਾਹੀ ਦੇ ਨਾਂ
ਸਿਰਾਂ ਦੀ ਬਸੀਤ ਸਾਡੀ ਜੀਹਦੀ ਰੰਡੀ ਹੀਰ ਤੇ ਜਵਾਨ, ਤੇਰੀਆਂ ਬੰਦੂਕਾਂ ਪਿੱਛੇ ਹੱਥ ਮੇਰੇ ਵੀਰ ਦੇ, ਆਪੇ ਵੀਰ ਲੈਣਗੇ ਤਰੋੜ, ਤੇਰੀ ਨਿਊਜ਼ ਤੇ ਪਹਿਰਾਂ ਦਾ ਜ਼ੋਰ, ਮੈਂ ਤੇਰੀ ਨਿਊਜ਼ ਤੇ ਪਹਿਰੇਦਾਰਾਂ ਦਾ ਜ਼ੋਰ। ਜੀ ਮਿਹਰਬਾਨੀ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ। ਜੀ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਵੇਂ ਅਸੀਂ, ਹਾਂਜੀ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ ਬਿਲਕੁਲ ਜੀ ਬਿਲਕੁਲ। ਅਤੇ ਜਿਵੇਂ ਅਸੀਂ ਗੱਲ ਕੈਨੇਡਾ ਦੀਆਂ ਖਬਰਾਂ ਪੜ੍ਹਦੇ ਸੁਣਦੇ ਹਾਂ, ਗੱਡੀਆਂ ਚੋਰੀ ਜੇ ਵੋ, ਤਾਂ ਇੱਥੇ ਤਾਂ ਸਾਡੇ ਤਾਂ ਹੁਣ 15-20 ਜਣੇ ਬਾਹਰਲੀ ਸਟੇਟ ਤੋਂ ਆ ਕੇ ਪੂਰਾ ਜਿਹੜਾ ਗਹਿਣਿਆਂ ਦੀ ਦੁਕਾਨ ਬਹੁਤ ਪੁਰਾਣੀ ਸੀਗੀ ਲੁੱਟ ਕੇ ਲੈ ਗਏ ਜੀ। ਕੀ ਇਹ ਇੱਦਾਂ ਦਾ ਮਾਹੌਲ ਕੈਨੇਡਾ 'ਚ ਵੀ ਇੰਨਾ ਮਤਲਬ ਸ਼ਰੇਆਮ? ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਨਿਖਿਲ ਗੁਪਤਾ ਸੀ ਉਹਨੂੰ ਚੈੱਕ ਰਿਪਬਲਿਕ ਤੋਂ ਫੜ ਕੇ ਲੈ ਆਏ ਆ, ਅਮਰੀਕਾ ਹਵਾਲੇ ਕਰਤਾ, ਐਕਸਟ੍ਰੈਡੀਸ਼ਨ ਆ ਬਰੁਕਲਿਨ ਜੇਲ੍ਹ ਦੇ ਵਿੱਚ ਆ, ਅਤੇ ਮੇਰੇ ਖਿਆਲ ਅੱਜ ਉਹ ਕੋਰਟ ਦੇ ਵਿੱਚ ਹੀ ਪੇਸ਼ ਹੋਇਆ ਸੀ। ਹਾਂਜੀ ਅਤੇ ਹਾਂਜੀ ਅਤੇ ਹੁਣ ਕੇਸ ਸ਼ੁਰੂ ਹੋਊਗਾ। ਅੱਛਾ ਇੱਥੇ ਵੀ ਇਹ ਤਾਂ ਨਹੀਂ ਹੈਗਾ ਵੀ ਬਾਹਰਲੀ ਸਟੇਟ ਤੋਂ ਆ ਕੇ ਇੰਨੀ ਭੰਨ ਤੋੜ ਕਰਦੇ ਨੇ, ਪਰ ਸਾਡੇ ਕਾਰਾਂ ਚੋਰੀ ਹੁੰਦੀਆਂ ਨੇ, ਹੁਣ ਪੁਲਿਸ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ, ਹੁਣ ਥੋੜ੍ਹਾ ਜਿਹਾ ਕੰਮ ਘਟਿਆ ਕਿਉਂਕਿ ਤੁਹਾਨੂੰ ਵੀ ਪਤਾ ਕਿੰਨੇ ਸਾਰੇ ਆਪਣੇ ਬੰਦੇ ਨੇ ਉਹ ਤਾਂ ਸਾਡੇ ਬਹੁਤੇ ਪੰਜਾਬੀ 80% ਸਾਡੇ ਜਿਹੜੇ ਅੱਜ ਕੱਲ੍ਹ ਦੇ ਚੰਦ ਚਾੜਦੇ ਨੇ। ਅਸੀਂ ਤਾਂ ਜਦੋਂ ਆਏ ਸੀ ਜੀ ਆਪਣੇ ਜੱਗੀ ਜੀ, ਅਸੀਂ ਤਾਂ ਸਾਰੀ ਜ਼ਿੰਦਗੀ ਡਰਦੇ ਹੁੰਦੇ ਵੀ ਡਰਦੇ ਸੀ ਵੀ ਕਿਤੇ ਸਾਡਾ ਕ੍ਰੈਡਿਟ ਨਾ ਖਰਾਬ ਹੋ ਜਾਵੇ, ਸਾਡਾ ਸਾਨੂੰ ਲੋਕ ਮਾੜੇ ਨਾ ਕਹਿਣ, ਅਸੀਂ ਕੋਈ ਗਲਤ ਕੰਮ ਕੀਤਾ ਹੀ ਨਹੀਂ, ਨਾ ਕੋਈ ਅਨਇੰਪਲਾਇਮੈਂਟ ਨਾ ਕੋਈ ਵੈਲਫੇਅਰ ਲਈ, ਜਿਹੜੀ ਵੀ ਜੋਬ ਮਿਲੀ ਜੋ ਵੀ ਮਿਲਿਆ ਅਸੀਂ ਉਹੀ ਕੀਤਾ। ਹਾਂਜੀ ਤੇ ਨਾ ਹੀ ਸਾਨੂੰ ਇਹ ਲਾਲਸਾ ਸੀ ਵੀ ਰਾਤੋ ਰਾਤ ਅਮੀਰ ਬਣਨਾ ਜਿਵੇਂ ਹੁਣ ਹੈਗਾ, ਤੇ ਪਰ ਸਾਡੀ ਜਿਹੜੀ ਹੁਣ ਅੱਜ ਦੀ ਜਨਰੇਸ਼ਨ ਆ ਵਿੱਚ ਸਟੂਡੈਂਟ ਵੀ ਕੁਛ ਹੈਗੇ ਨੇ, ਵਿੱਚ ਇੱਥੇ ਦੇ ਜੰਮੇ ਪੜ੍ਹੇ, ਉਹਨਾਂ ਨੇ ਤਾਂ ਨਵਾਂ ਹੀ ਚੰਦ ਚਾੜ ਕੇ ਰੱਖਤਾ ਜਿਹੜੀ ਅਸੀਂ ਇੱਜ਼ਤ ਬਣਾਈ ਸੀ। ਅਸੀਂ ਦੇਖੋ ਐਮ ਪੀ ਬਣੇ, ਮੈਂ ਖੁਦ ਇਲੈਕਸ਼ਨ ਲੜੇ ਨੇ, ਜਦੋਂ ਇਲੈਕਸ਼ਨ ਲੜਿਆ ਜਾਂਦਾ ਉਹ ਤੁਹਾਡਾ ਸਾਰਾ ਕ੍ਰੈਡਿਟ ਚੈੱਕ ਕਰਦੇ ਆ, ਫਿਰ ਤੁਹਾਨੂੰ ਅਲਾਊਡ ਕਰਦੇ ਨੇ। ਬਿਲਕੁਲ ਹਾਂਜੀ। ਤੇ ਸਾਡੇ ਅਸੀਂ ਮੈਂਬਰ ਪਾਰਲੀਮੈਂਟ ਬਣਾਏ, ਅਸੀਂ ਮਨਿਸਟਰ ਵੀ ਬਣਾਏ, ਹਾਂਜੀ, ਤੇ ਅਸੀਂ ਮੁਕੱਦਮੇ ਵੀ ਲੜੇ, ਪੱਗ ਦਾ ਦਸਤਾਰ ਦਾ ਮੁਕੱਦਮਾ ਵੀ ਲੜਿਆ ਸੀ, ਅਸੀਂ ਤਾਂ ਬਹੁਤ ਕੁਛ ਕੀਤਾ ਆਪਣੀ ਜ਼ਿੰਦਗੀ 'ਚ। ਅਤੇ ਹੁਣ ਸਾਡੀ ਉਮਰ ਹੋ ਗਈ, ਆ ਜਿਹੜੇ ਨਵੇਂ ਨੇ ਇਹਨਾਂ ਨੇ ਚੰਦ ਚਾੜਨ ਲੱਗ ਪਏ, ਜੋ ਅਸੀਂ ਕੀਤਾ ਬਹੁਤ ਜ਼ਿਆਦਾ ਸਾਰੇ ਖੇਸ਼ ਆਉਂਦੇ ਨੇ ਅਤੇ ਹਾਂਜੀ ਕਾਰਾਂ ਚੋਰੀ। ਕਿਵੇਂ ਕਿਵੇਂ ਅਵੇਅਰ ਰਹਿਣ ਜੀ, ਖਾਸ ਤੌਰ 'ਤੇ ਸਟੋਰਾਂ ਵਾਲਿਆਂ ਨੂੰ ਕੀ ਸਲਾਹ ਦਿੰਦੇ ਹੋ ਤੁਸੀਂ? ਕਿਉਂਕਿ ਸਟੋਰਾਂ ਵਾਲੇ ਕਾਫੀ ਡਰੇ ਨੇ, ਕੋਈ ਪੁੱਛਣ ਦੱਸਣ ਵਾਲਾ ਨਹੀਂ, ਉਹਨੂੰ ਕੁਛ ਕਹਿ ਨਹੀਂ ਸਕਦੇ ਰੌਬਰ ਨੂੰ। ਦੇਖੋ ਸਟੋਰਾਂ ਵਾਲਿਆਂ ਨੂੰ ਤਾਂ ਡਰਨਾ ਹੀ ਆ, ਕਿਉਂਕਿ ਉਹਨਾਂ ਦਾ ਮਿਲੀਅਨ ਮਿਲੀਅਨ ਡਾਲਰ ਦਾ ਉੱਥੇ ਸਮਾਨ ਪਿਆ ਹੁੰਦਾ। ਬਿਲਕੁਲ ਹਾਂਜੀ। ਤੇ ਇਹ ਤਾਂ ਫਿਰ ਪੁਲਿਸ ਦੇ ਜਿਹੜੀ ਨਾਲ ਕੋਆਪਰੇਸ਼ਨ ਦੇ ਵਿੱਚ ਆਪਣੀ ਸਿਕਿਉਰਿਟੀ ਰੱਖੀ ਜਾਵੇ, ਪਰ ਸਿਕਿਉਰਿਟੀ ਨੂੰ ਜੇ ਕਿੰਨਾ ਕੁ ਕਮਾਉਣਗੇ ਤੇ ਕਿੰਨਾ ਸਿਕਿਉਰਿਟੀ ਦੇ ਖਰਚਾ ਕਰ ਦੇਣਗੇ, ਬਚਣਾ ਕੀ ਆ। ਹਾਂਜੀ ਉਹੀ ਚੱਕਰ ਆ ਨਾ ਜੀ, ਉਹੀ ਫਿਰ ਚੀਜ਼ਾਂ ਮਹਿੰਗੀਆਂ ਹੋਣਗੀਆਂ, ਕਿੰਨੀਆਂ ਕੁ ਮਹਿੰਗੀਆਂ ਕਰ ਦੇਣਗੀਆਂ, ਚੀਜ਼ਾਂ ਮਹਿੰਗੀਆਂ ਹੋਣਗੀਆਂ ਕਰ ਸਕਦੇ ਨਹੀਂ ਆਉਣੇ, ਪਰ ਔਖਾ ਹੋ ਗਿਆ ਜੀ ਇੱਕ ਵਾਰੀ ਤਾਂ ਇਹ ਸਟੋਰਾਂ ਵਾਲੇ ਵਾਸਤੇ ਕਾਫੀ ਕੈਲੀਫੋਰਨੀਆ ਦੇ ਵਿੱਚ ਔਖਾ ਹੋ ਗਿਆ। ਇਹਨਾਂ ਦੀ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ ਇੱਥੇ ਕੈਲੀਫੋਰਨੀਆ ਦੇ ਵਿੱਚ, ਹੋਏਗੀ ਪਤਾ ਨਹੀਂ ਹੁਣ ਕੀ ਸਿਸਟਮ ਹੈ ਜੀ ਇਹ ਤਾਂ, ਪਰ ਕਾਫੀ ਟੈਨਸ਼ਨ 'ਚ ਇੱਕੋ ਸਾਡੇ ਕੁੜੀ ਦੀ ਵਾਰ ਵਾਰ ਗੱਲ। ਹਾਂਜੀ ਆਰਗੇਨਾਈਜੇਸ਼ਨ ਬਣਾਉਣੀ, ਯੂਨੀਅਨ ਬਣਾਉਣੀ ਬਹੁਤ ਲਾਜ਼ਮੀ ਆ। ਚਲੋ ਹਾਂਜੀ ਹਾਂਜੀ, ਇਹਨਾਂ ਦੇ ਵਿੱਚ ਇਤਫਾਕ ਆ ਤਾਂ ਸਾਰਾ ਕੁਛ ਸੋਲਵ ਹੋ ਜਾਊਗਾ। ਸਹੀ ਹੈ ਜੀ। ਚਲੋ ਇਹਨਾਂ ਦੀ ਆਪਣੀ ਕੋਈ ਯੂਨੀਅਨ ਹੈ ਨਹੀਂ ਗੀ, ਫਿਰ ਨਹੀਂ ਕੁਛ ਕਰ ਸਕਦੇ, ਕਿਉਂਕਿ ਅਸੀਂ ਇੱਥੇ ਕੈਨੇਡਾ ਦੇ ਵਿੱਚ
ਖੁਦ ਆਪ ਯੂਨੀਅਨ ਨਾਲ ਬਣਾ ਕੇ ਅਸੀਂ ਬਥੇਰੇ ਮੁਕੱਦਮੇ ਜਿੱਤੇ ਨੇ। ਹਾਂਜੀ ਬਹੁਤ ਮਿਹਰਬਾਨੀ। ਨਾਲ ਪ੍ਰੋਗਰਾਮ ਦਾ ਸਮਾਂ ਖਤਮ ਹੈ ਜੀ। ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਊਗਾ। ਇਸ ਵੀਕਐਂਡ 'ਤੇ ਸ਼ਨੀਵਾਰ 22 ਜੂਨ ਨੂੰ ਮੁਲਾਕਾਤ ਹੋਏਗੀ ਤੁਹਾਡੇ ਨਾਲ ਓਰੇਗਨ ਸੇਲਮ ਦੇ ਵਿੱਚ, ਸਾਡੀ ਟੀਮ ਕੈਲੀਫੋਰਨੀਆ ਦੀ ਸੇਲਮ ਓਰੇਗਨ। ਨਗਰ ਕੀਰਤਨ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ, ਅਤੇ ਦੂਜੀ ਨਿਊਯਾਰਕ ਵਾਲੀ ਟੀਮ ਸਾਡੀ ਤੁਹਾਨੂੰ ਮਿਲੇਗੀ ਸਾਊਥ ਬੈਂਡ ਕਬੱਡੀ ਟੂਰਨਾਮੈਂਟ, ਦੋਨੋਂ ਸਿੱਧਾ ਪ੍ਰਸਾਰਣ ਦਿਖਾਵਾਂਗੇ। ਫਿਲਹਾਲ ਮੈਨੂੰ ਆਗਿਆ ਦਿਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।